ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਮਾਰਟ ਕਰੰਟ ਅਫੇਅਰ ਸੀਰੀਜ਼ ਸਾਰੇ ਬੱਚਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਪ੍ਰੈਲ ਮੰਥ ਵਿੱਚੋਂ ਇੰਟਰਨੈਸ਼ਨਲ ਨਿਊਜ਼ ਕਲਾਸ ਨੰਬਰ 3 ਤੇ ਲਾਸਟ ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਹਾਜ਼ਰ ਹਾਂ। ਬਹੁਤ ਬੱਚੇ ਇੱਕ ਹਫ਼ਤੇ ਤੋਂ ਕੰਟੀਨਿਊਸ ਕੰਟੈਕਟ ਕਰ ਰਹੇ ਹੈ, ਕਲਾਸਿਸ ਦੇ ਰਿਗਾਰਡਿੰਗ ਮੈਸੇਜ ਕਰ ਰਹੇ ਹੈ, ਬਟ ਆਲਰੇਡੀ ਬੱਚੋ ਆਪਣਾ ਮੈਸੇਜ ਅਸੀਂ ਯੂਟਿਊਬ 'ਤੇ ਡਿਲੀਵਰ ਕਰ ਦਿੱਤਾ ਸੀਗਾ ਵੀ ਇੱਕ ਹਫ਼ਤੇ ਲਈ ਕਲਾਸਿਸ ਨਹੀਂ ਹੋਣਗੀਆਂ। ਸੋ ਇਹ ਹਫ਼ਤਾ ਬੱਚੋ ਆਪਣਾ ਹੁਣ ਮੰਡੇ ਤੋਂ ਅੱਜ ਸਟਾਰਟ ਹੋ ਚੁੱਕਿਆ। ਸੋ ਇਸੇ ਹਫ਼ਤੇ ਆਪਾਂ ਅਪ੍ਰੈਲ ਮੰਥ ਨੂੰ ਨਾ ਵਾਲਾ ਤਾਂ 70-80% ਵਿੱਚ ਆਪਾਂ ਖਤਮ ਕਰ ਦੇਵਾਂਗੇ, ਕਿਉਂਕਿ ਦੋ ਵੱਡੀਆਂ ਕੈਟਗਰੀਆਂ ਹੁੰਦੀਆਂ, ਨੈਸ਼ਨਲ ਤੇ ਇੰਟਰਨੈਸ਼ਨਲ, ਦੋਨੇ ਹੀ ਅੱਜ ਸਮਾਪਤ ਹੋ ਜਾਣਗੀਆਂ। ਉਦੋਂ ਬਾਅਦ ਤੁਹਾਨੂੰ ਪਤਾ ਪਰਸਨਸ ਅਵਾਰਡਸ ਵਗੈਰਾ ਡੇਜ਼ ਵਗੈਰਾ ਜੋ ਵੀ ਹੁੰਦੇ ਆ ਉਹ ਦੋ ਦੋ ਕਲਾਸਾਂ ਦੀ ਮਾਰ ਹੈ, ਤੇ ਇਸੇ ਹਫ਼ਤੇ ਫਿਰ ਆਪਾਂ ਕਲਾਸਾਂ ਦੀ ਭਰਮਾਰ ਕਰ ਦੇਣੀ ਹੈ ਆਪਾਂ, ਠੀਕ ਹੈ। ਸੋ ਜ਼ਿਆਦਾ ਵਿੱਚ ਆਪਾਂ ਟਾਈਮ ਵੇਸਟ ਨਾ ਕਰੀਏ, ਆਪਾਂ ਅਪ੍ਰੈਲ ਮੰਥ ਆਪਾਂ ਸਟਾਰਟ ਕੀਤਾ ਹੋਇਆ। ਬਾਕੀ ਮੇਰੇ ਹਿਸਾਬ ਨਾਲ ਜਿਨ੍ਹਾਂ ਬੱਚਿਆਂ ਨੇ ਸਿਲੈਕਸ਼ਨ ਲਈ ਤਿਆਰੀ ਕਰਨੀ ਹੈ ਉਹ ਆਲਰੇਡੀ ਆਪਣੀ ਇਸ ਕਿੱਟ ਤੋਂ ਚੰਗੇ ਲੈਵਲ ਦੀ ਪ੍ਰੈਪਰੇਸ਼ਨ ਕਰ ਰਹੇ ਹੋਣਗੇ, ਬਿਕੋਜ਼ ਇਹ 'ਚ ਆਪਾਂ ਸਾਰੇ ਹੀ ਮੋਡਿਊਲ ਵਿੱਚ ਆਪਾਂ ਕੰਪਲੀਟ ਬੇਸਿਕ ਤੋਂ ਐਡਵਾਂਸ ਲੈਵਲ ਆਪਾਂ ਖਤਮ ਕਰਦੇ ਹਾਂ। ਹਾਂ, ਬਹੁਤ ਬੱਚੇ ਕਹਿ ਰਹੇ ਵੀ ਗੱਲ ਨਹੀਂ ਹੋ ਪਾ ਰਹੀ, ਗੱਲ ਨਹੀਂ ਹੋ ਪਾ ਰਹੀ, ਬਾਰ ਬਾਰ ਮੈਂ ਕਹਿ ਰਿਹਾ ਇੱਕ ਹਫ਼ਤੇ ਲਈ ਆਪਣਾ ਇਹ ਕੰਟੈਕਟ ਵੀ ਮਤਲਬ ਬੰਦ ਸੀਗਾ, ਮੈਸੇਜ ਵਗੈਰਾ ਚੈਟ ਵਗੈਰਾ ਤੁਸੀਂ ਜ਼ਰੂਰ ਕਰ ਸਕਦੇ ਸੀ, ਇਸ ਹਫ਼ਤੇ ਤੋਂ ਤੁਸੀਂ ਇਸ ਨੰਬਰ 'ਤੇ ਕੰਟੈਕਟ ਵੀ ਕਰ ਸਕਦੇ ਹੋ, ਠੀਕ ਹੈ ਨਾ। ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਇਹ ਐਪ ਹੋਪਸੋ ਤੁਸੀਂ ਹੁਣ ਤੱਕ ਤਾਂ ਮੇਰੇ ਹਿਸਾਬ ਨਾਲ ਡਾਊਨਲੋਡ ਕਰ ਲਈ ਹੋਊਗੀ ਤੇ ਦੋਸਤਾਂ ਮਿੱਤਰਾਂ ਤੋਂ ਕਰਾ ਵੀ ਦਿੱਤੀ ਹੋਊਗੀ, ਕਿਉਂਕਿ ਸਾਰਾ ਕੁਝ ਆਪਣਾ ਰੁਪਿੰਦਰ ਸਿੱਧੂ ਅਕੈਡਮੀ ਐਪ ਤੇ ਅਵੇਲੇਬਲ ਹੈ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਜੀ ਕਲਾਸ ਪਲੱਸ, ਤੇ ਉਸ ਤੋਂ ਬਾਅਦ ਆ ਇੱਕ ਆਪਾਂ ਕੋਡ ਫਿੱਲ ਕਰਨਾ ਹੁੰਦਾ ਤੇ ਇਹਦੇ ਨਾਲ ਹੀ। ਸੋ ਅੱਜ ਦੀ ਕਲਾਸ ਦਾ ਪਹਿਲਾ ਸਵਾਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਇੰਟਰਨੈਸ਼ਨਲ ਨਿਊਜ਼ ਹੈ, ਕਲਾਸ ਨੰਬਰ ਬੱਚੋ 3 ਹੈ। ਸੋ ਮੇਕ ਸ਼ੋਰ ਵੀ ਜਿਹਨਾਂ ਬੱਚਿਆਂ ਨੇ ਜਿੱਥੋਂ ਦੇਖਣਾ ਸਟਾਰਟ ਕੀਤਾ ਹੈ ਤਾਂ ਪਹਿਲੀਆਂ ਕਲਾਸਿਸ ਜ਼ਰੂਰ ਲਗਾਤਾਰ ਲਗਾਓ, ਹਰ ਇੱਕ ਸਵਾਲ ਹਰ ਇੱਕ ਕਲਾਸ ਬਹੁਤ ਜ਼ਿਆਦਾ ਕੀਮਤੀ ਹੈ। ਚਲੋ ਵੀ, ਸੋ ਪਹਿਲਾ ਸਵਾਲ ਆ ਗਿਆ ਰੋਸ ਆਈਸ ਸ਼ੈਲਫ, ਜਿਹੜੀ ਕਿ ਸਭ ਤੋਂ ਜ਼ਿਆਦਾ ਇਹ ਸ਼ੈਲਫ ਖਬਰਾਂ ਦੇ ਵਿੱਚ ਹੈ। ਬਾਕੀ ਤੁਹਾਨੂੰ ਪਤਾ ਸੁੱਖਣਾ ਮੌਸਮ ਵੀ ਇਹੋ ਜਿਹਾ ਚੱਲੀ ਜਾਂਦਾ, ਸ਼ੈਲਫਾਂ ਛੁਲਫਾਂ ਸਭ ਖਲਾਰਤੀਆਂ, ਬੇਸ਼ੱਕ ਦੀ ਉਹ ਸ਼ੈਲਫ ਅੰਟਾਰਕਟਿਕਾ ਦੇ ਵਿੱਚ ਹੀ ਕਿਉਂ ਨਾ ਹੋਵੇ। ਇਹ ਐਡੀ ਵੱਡੀ ਸ਼ੈਲਫ ਆ ਬੱਚੋ, ਤੁਸੀਂ ਇਹ ਹਿਸਾਬ ਲਓ ਵੀ ਜਿਵੇਂ ਅਖਬਾਰ 'ਤੇ ਲਿਖਿਆ ਸੀ ਕਹਿੰਦੇ ਫਰਾਂਸ ਮੁਲਕ ਜਿੱਡੀ ਸ਼ੈਲਫ ਹੈ ਅਤੇ ਇਹ ਹੁਣ ਕਹਿੰਦੇ ਮੂਵ ਕਰ ਰਹੀ ਹੈ ਜਿਹਦੇ ਕਰਕੇ ਇਹਦਾ ਕਰੈਕ ਡਾਊਨ ਹੋ ਸਕਦਾ, ਫਿਰ ਮੈਲਟ ਹੋਣ ਦਾ ਖਤਰਾ ਹੈ। ਸੋ ਬਹੁਤ ਜ਼ਿਆਦਾ ਮੇਨ ਸਾਈਟ ਆ ਬੱਚੋ, ਇਹ ਕਹਿੰਦੇ ਲਾਰਜੈਸਟ ਆਈਸ ਸ਼ੈਲਫ ਹੈ ਨਰਦਰਨ ਹੈਮੀਸਫੀਅਰ ਦੀ। ਨਹੀਂ ਬੱਚੋ, ਇਹ ਆਪਣੇ ਅੰਟਾਰਕਟਿਕਾ ਦੇ ਵਿੱਚ ਹੈ, ਇਹ ਸਾਊਥ ਪੋਲ 'ਤੇ ਆ ਬੱਚੋ, ਇਹ ਚੀਜ਼ ਆਪਾਂ ਯਾਦ ਰੱਖਣਾ ਹੈ। ਲੋਕੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੁੰਦੀ ਹੈ ਜਦੋਂ ਵੀ ਮੈਪ ਬੇਸਡ ਜੋਗ੍ਰਾਫੀ ਬੇਸਡ ਕੁਐਸਚਨ ਬਣਦਾ ਹੁੰਦਾ, ਤਾਂ ਖਿਆਲ ਰੱਖਿਓ। ਇੱਕ ਦੇ ਮਜੋਰਟੀ ਆਫ ਆਈਸ ਸ਼ੈਲਫ ਆ ਬੱਚੋ ਇਹ ਹਿਡਨ ਹੈ, ਮਤਲਬ ਲਗਭਗ ਇਹ ਮਤਲਬ ਅਬਵ ਸਰਫੇਸ 10% ਹੀ ਆਪਾਂ ਨੂੰ ਵਿਜੀਬਲ ਹੈ, ਬਾਕੀ ਸਾਰੀ ਸ਼ੈਲਫ ਇਹ ਅੰਡਰਗਰਾਊਂਡ ਹੀ ਹੈ। ਇਹ ਖਬਰਾਂ 'ਚ ਪਤਾ ਕਿਉਂ ਮੈਂ ਇਸਨੂੰ ਕਾਰਨ ਦੱਸਦਾ, ਜਿਵੇਂ ਆਪਾਂ ਸੁਣਦੇ ਹੁੰਦੇ ਭੂਚਾਲ ਆ ਗਿਆ, ਅਰਥਕੁਐਕ ਆ ਗਿਆ, ਅਰਥਕੁਐਕ ਆ ਗਿਆ, ਇੱਥੇ ਰਿਸਰਚਰਸ ਨੇ ਬੱਚੋ ਡਿਸਕਵਰ ਕੀਤਾ ਹੈ ਆਈਸ ਕੁਐਕ, ਕਿਉਂਕਿ ਅੰਟਾਰਕਟਿਕਾ ਤੁਹਾਨੂੰ ਪਤਾ ਸਾਰਾ ਬਰਫ਼ ਨਾਲ ਢੱਕਿਆ ਹੋਇਆ, ਤਾਂ ਉੱਥੇ ਆਪਾਂ ਆਈਸ ਕੁਐਕ ਕਹਿ ਦਿੰਦੇ ਹਾਂ, ਜਿਹਦੇ ਕਰਕੇ ਕਹਿੰਦੇ ਇਹ ਰੋਸ ਆਈਸ ਸ਼ੈਲਫ ਮੂਵ ਕਰੀ ਜਾਂਦੀ ਹੈ। ਆ ਵੀ ਨਾ ਦੋ ਜੀ ਵੀ ਨਾਂ ਕਿੱਥੋਂ ਕੱਢਦੇ ਆ, ਰੋਸ ਰੋਸ ਬੰਦੇ ਦਾ ਨਾਮ ਹੈ ਜਿਹਨੇ ਡਿਸਕਵਰ ਕੀਤਾ ਉਹਦੇ ਨਾਮ 'ਤੇ ਹੁੰਦਾ, ਠੀਕ ਹੈ ਨਾ। ਸੋ ਕੁੱਲ ਮਿਲਾ ਕੇ ਦੂਜਾ ਪੁਆਇੰਟ ਜਮ੍ਹਾਂ ਸਹੀ ਹੈ, ਅਤੇ ਆਪਾਂ ਨੂੰ ਸਹੀ ਬੱਚੋ ਇਹਨਾਂ ਨੇ ਪੁੱਛਿਆ ਤਾਂ ਆਪਣਾ ਆਂਸਰ ਆ ਗਿਆ B2 only, ਆ ਆਪਣਾ ਅੰਟਾਰਕਟਿਕਾ ਹੈ। ਗਾਹਾਂ ਅੰਟਾਰਕਟਿਕਾ ਦੇ ਵਿੱਚ ਹੀ ਬਿਲਕੁਲ ਇੱਕ ਸੀ ਹੈ, ਰੋਸ ਸੀ, ਆ ਆਪਣਾ ਐਡਾ ਵੱਡਾ ਬੱਚੋ ਰੋਸ ਆਈਸ ਸ਼ੈਲਫ ਹੈ, ਸਮਝ ਗਏ ਮੇਰੀ ਗੱਲ। ਇਹ ਮੈਪ ਮਾੜਾ ਮੋਟਾ ਵੈਸੇ ਦੇਖ ਲਿਆ ਕਰੋ, ਜਿਵੇਂ ਕਾਹ ਲਿਖਿਆ ਪਿਆ ਰੋਨੀ ਆਈਸ ਸ਼ੈਲਫ,
ਇਹ ਪੁੱਛ ਸਕਦੇ ਵੀ ਕਿੱਥੇ ਹੈ, ਤਾਂ ਆਪਾਂ ਟਿਕਲਾ ਦੇਵਾਂਗੇ ਅੰਟਾਰਕਟਿਕਾ ਦੇ ਵਿੱਚ ਹੈ। ਇੱਥੇ ਰਿਸਰਚਰਸ ਨੇ ਵਿੱਚੋਂ ਅਨਕਵਰਡ ਸਰਪ੍ਰਾਈਜ਼ਿੰਗ ਫਿਨੋਮੀਨਾ ਅੰਟਾਰਕਟਿਕਾ ਦੇ ਵਿੱਚ, ਜਿਹੜਾ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਵੀ ਜਿਹਦੇ ਕਰਕੇ ਸੈਵਰਲ ਸੈਂਟੀਮੀਟਰ ਇਹ ਵਿੱਚੋਂ ਮੂਵ ਕਰ ਰਿਹਾ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ। ਇਹ ਬਹੁਤ ਵੱਡੀ ਨਿਊਜ਼ ਹੈ, ਮੈਂ ਬਾਰ ਬਾਰ ਕਹਿ ਰਿਹਾ, ਲੋਕੇਸ਼ਨ ਬਹੁਤ ਮੈਟਰ ਕਰਦੀ ਹੈ। ਇਹ ਲਾਰਜੈਸਟ ਆਈਸ ਸ਼ੈਲਫ ਹੈ, ਇਹ ਰੋਸ ਸੀ ਦੇ ਕੰਢੇ 'ਤੇ ਹੈ, ਪਤਾ ਹੀ ਹੈ। ਇਹਨੂੰ ਡਿਸਕਵਰ ਕਿਹਨੇ ਕੀਤਾ? ਸਰ ਜੇਮਸ ਕਲਾਰਕ ਰੋਸ ਨੇ ਕੀਤਾ 1843 ਦੇ ਵਿੱਚ, ਲਗਭਗ ਫਰਾਂਸ ਜਿੱਡਾ ਇਹ ਹੈਗਾ। ਆਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਮੈਜੋਰਿਟੀ ਆਫ ਇਹ ਸ਼ੈਲਫ ਅੰਡਰਗਰਾਊਂਡ ਹੈ। ਲਓ, ਜਦੋਂ ਵੀ ਆਪਾਂ ਇੰਟਰਨੈਸ਼ਨਲ ਨਿਊਜ਼ ਦੀ ਗੱਲ ਕਰਦੇ ਹਾਂ ਅਤੇ ਗਰਮੀਆਂ 'ਚ ਗੱਲ ਕਰਦੇ ਹਾਂ, ਤਾਂ ਵੋਲਕੈਨੋਸ ਲਗਭਗ ਹਰ ਕਲਾਸ ਦੇ ਵਿੱਚ ਹੀ ਆਉਂਦੇ ਹੈ। ਲਾਸਟ ਕਲਾਸ ਮੈਂ ਤੁਹਾਨੂੰ ਕਰਾਇਆ ਨਹੀਂ ਸੀ ਸੱਚ ਲੈ ਅੰਟਾਰਕਟਿਕਾ ਦਾ, ਤੁਹਾਨੂੰ ਮੈਂ ਲਾਸਟ ਕਲਾਸ 'ਚ ਕਰਾਇਆ ਸੀਗਾ ਮਾਊਂਟ ਅਰੈਬਸ। ਯਾਦ ਕਰੋ, ਉਹ ਇਸੇ ਰੋਸ ਆਈਸ 'ਚ ਹੈ ਮਾਊਂਟ ਅਰੈਬਸ ਵੋਲਕੈਨੋ, ਅਤੇ ਇੱਥੇ ਆਪਣਾ ਆ ਗਿਆ ਮਾਊਂਟ ਐਟਨਾ। ਮਾਊਂਟ ਐਟਨਾ ਵੋਲਕੈਨੋ ਜਮੀ ਸਿਰਾ ਲਾ ਗਿਆ। ਪਹਿਲੀ ਗੱਲ ਤਾਂ ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ, ਸੋ ਵਰਲਡ ਲੈਵਲ ਦੀ ਇਹ ਸਾਈਟ ਹੈ ਬੱਚੋ। ਇੱਥੇ ਇੱਕ ਨਵੀਂ ਫਿਨੋਮੀਨਾ ਦੇਖਣ ਨੂੰ ਮਿਲ ਗਿਆ, ਇੱਥੇ ਮਤਲਬ ਵੋਲਕੈਨੋ ਵੱਖਰੇ ਤਰੀਕੇ ਨਾਲ ਲੀਕ ਹੋਈ ਜਾਂਦਾ ਹੈ। ਇਹਦੀ ਲੀਕੇਜ ਪਤਾ ਕਿਵੇਂ ਹੁੰਦੀ ਹੈ? ਵੀ ਤਾਹਾਂ ਐਂ ਮਤਲਬ ਛੱਲੇ ਬਣ ਕੇ ਨਿਕਲਦਾ, ਛੱਲੇ ਬਣ ਕੇ, ਛੱਲੇ ਆਪਾਂ ਜਿਵੇਂ ਕਹਿ ਨਹੀਂ ਦਿੰਦੇ ਸਮੋਕਿੰਗ ਕਰਦਾ ਜਦੋਂ ਬੰਦਾ, ਤਾਂ ਮੰਨ ਕੇ ਚੱਲੋ ਵੀ ਇਸ ਵੋਲਕੈਨੋ ਦੇ ਵਿੱਚ ਐਂ ਲੱਗਦਾ ਜਿਵੇਂ ਇਹਨਾਂ ਨੇ ਵੀ 25-30 ਬੰਦੇ ਬਿਠਾ ਰੱਖਿਆ ਸਿਗਟਾਂ ਲੈ ਕੇ, ਅਤੇ ਤੁਹਾਨੂੰ ਧੂੰਆਂ ਛੱਡੀ ਜਾਂਦੇ ਆ, ਉਹ ਛੱਲੇ ਬਣ ਬਣ ਕੇ ਬਾਹਰ ਨਿਕਲਦਾ। ਸੋ ਇਹ ਸਿਸਲੀ ਦੇ ਵਿੱਚ ਬੱਚੋ, ਸਿਸਲੀ ਤੁਹਾਨੂੰ ਪਤਾ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਸਿਸਲੀ ਆਈਲੈਂਡ ਕਿਹਦਾ ਪਾਰਟ ਹੈ? ਆਪਾਂ ਟਿਕ ਲਵਾਂਗੇ ਇਟਲੀ ਦਾ। ਇਹ ਮੈਡੀਟਰੇਨੀਅਨ ਸੀ ਦਾ ਹਿੱਸਾ, ਉੱਥੇ ਬੱਚੇ ਵੋਲਕੈਨਿਕ ਸਾਈਟ ਹੈ, ਅਤੇ ਇਹ ਵੀ ਬਹੁਤ ਖ਼ਬਰਾਂ ਦੇ ਵਿੱਚ ਹੈ। ਉਸ ਨੂੰ ਮੈਂ ਦੱਸ ਹੀ ਦਿੱਤਾ, ਉਹ ਮਸ਼ਹੂਰ ਹੀ ਐਂ ਹੋ ਗਿਆ ਵੀ ਆਹ ਬੜੀ ਸਮੋਕਿੰਗ ਚੱਲੀ ਜਾਂਦੀ ਹੈ ਇੱਥੇ, ਉਹ ਵੋਰਟੈਕਸ ਰਿੰਗ ਬਣਦੇ ਹੈ, ਵੋਲਕੈਨਿਕ ਵੋਰਟੈਕਸ ਰਿੰਗ ਕਰਕੇ ਬੱਚੋ ਇਹ ਵੋਲਕੈਨੋ ਬਹੁਤ ਜ਼ਿਆਦਾ ਖ਼ਬਰਾਂ ਦੇ ਵਿੱਚ ਹੈ। ਇਹ ਗੁੱਡ ਪੁਆਇੰਟ ਪੇਪਰ ਵਾਲਾ ਪੱਕੀ ਬਣਾਊਗਾ। ਇਹ ਲਾਰਜੈਸਟ ਵੋਲਕੈਨੋ ਯੂਰਪ ਦਾ, ਇਹ ਵੀ ਯਾਦ ਰੱਖ ਸਕਦੇ ਹੋ, ਅਤੇ ਲਗਭਗ ਮਤਲਬ ਅਸੀਂ ਤਾਂ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵੀ ਹੈ। ਆਹ ਸਾਰੇ ਬਸ ਦੱਸ ਸਕਦੇ ਹੋ ਵੀ ਐਂ ਲੱਗਦਾ ਜਿਵੇਂ ਉਹੀ ਸਿਗਰਟ ਸਮੋਕਰ ਵਾਲਾ ਕੰਮ ਹੋਇਆ ਪਿਆ। ਤੁਸੀਂ ਆਪਦਾ ਨੈੱਟ 'ਤੇ ਸਰਚ ਵੀ ਕਰ ਸਕਦੇ ਹੋ, ਐਂ ਉੱਪਰ ਨੂੰ ਐਂ ਛੱਲੇ ਬਣ ਬਣ ਕੇ ਮਤਲਬ ਤੂੰ ਐਂ ਨਿਕਲੀ ਜਾਂਦਾ, ਉਹਨੂੰ ਕਹਿ ਦਿੰਦੇ ਹੁੰਦੇ ਆ ਵੋਰਟੈਕਸ ਰਿੰਗ, ਸਮਝ ਗਏ? ਅਤੇ ਜੋਗ੍ਰਾਫਿਕਲ ਲੋਕੇਸ਼ਨ ਤਾਂ ਆਪਾਂ ਦੇਖ ਹੀ ਲਈ, ਇਹ ਆਪਣਾ ਸਿਸਲੀ ਆਈਲੈਂਡ ਦੇ ਈਸਟ ਕੋਸਟ 'ਤੇ ਬੱਚੋ ਆਪਣਾ ਸਥਿਤ ਹੈ, ਅਤੇ ਇਹ ਲਾਰਜੈਸਟ ਆਈਲੈਂਡ ਆਪਣਾ ਯਾਦ ਰੱਖਣਾ ਮੈਡੀਟਰੇਨੀਅਨ ਸੀ ਦਾ। ਸੋ ਮਾਊਂਟ ਐਟਨਾ ਹੋ ਗਿਆ, ਇਹ ਆਪਣਾ ਸਿਸਲੀ ਦਾ ਪਾਰਟ ਹੈ। ਮਾਊਂਟ ਅਰੈਬਸ ਹੋ ਗਿਆ, ਉਹ ਅੰਟਾਰਕਟਿਕਾ ਦਾ ਪਾਰਟ ਹੈ। ਮਾਊਂਟ ਰੁਆਂਗ ਹੋ ਗਿਆ ਵੋਲਕੈਨੋ। ਇਹ ਤਿੰਨ ਇੰਟਰਨੈਸ਼ਨਲ ਕਲਾਸਿਸ ਦੇ ਵਿੱਚ ਆਪਾਂ ਤਿੰਨ ਵਧੀਆ ਸਾਈਟਾਂ ਆਪਾਂ ਦੇਖ ਚੁੱਕੇ ਹਾਂ ਪੇਪਰ ਦੇ ਹਿਸਾਬ ਨਾਲ, ਜਿਹੜੀ ਕਿ ਸਭ ਤੋਂ ਵੱਡੀ ਗੱਲ। ਲਓ, ਤਾਮਜਾ ਬਲਿਊ ਹੋਲ ਬਹੁਤ ਜ਼ਿਆਦਾ ਖ਼ਬਰਾਂ ਦੇ ਵਿੱਚ ਹੈ। ਪਹਿਲੀ ਗੱਲ ਤਾਂ ਬਲਿਊ ਤੋਂ ਪਤਾ ਲੱਗ ਗਿਆ ਵੀ ਇਹ ਹੋਲ ਕਿਸੇ ਪਾਣੀ ਦੇ ਵਿੱਚ ਹੈ, ਬਿਕੋਜ਼ ਬਲੂ ਹੈ ਪਾਣੀ, ਪਾਣੀ ਇਹ ਆਪਾਂ ਪਾਣੀ ਦੇ ਲਈ ਸ਼ਬਦ ਯੂਜ਼ ਕਰਦੇ ਹੁੰਦੇ ਹਾਂ, ਇੰਨਾ ਤਾਂ ਪਤਾ ਲੱਗ ਗਈ ਕਿਆ। ਹੋਲ ਆਪਾਂ ਤਾਂ ਕਿਹਾ ਵੀ ਇਹ ਓਸ਼ਨ ਦਾ ਉਹ ਪਾਰਟ ਹੈ ਜਿਹੜਾ ਕਿ ਬਹੁਤ ਜ਼ਿਆਦਾ ਡੂੰਘਾ ਹੈ, ਅਤੇ ਇਹ ਰਿਕਾਰਡ ਤੋੜ ਹੋਲ ਵਿੱਚੋਂ ਡਿਸਕਵਰ ਕੀਤਾ ਗਿਆ। ਇਹ ਰਿਕਾਰਡ ਤੋਂ ਇਹ ਨਾਮ ਹੈ ਕਿਤੇ ਮੈਨੂੰ ਸਰ ਆਹ ਕੀ ਹੈ, ਤਾਮਜਾ ਬਲਿਊ ਹੋਲ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹਨਾਂ ਨੂੰ ਕੋਈ ਜ਼ਿਆਦਾ ਗਰਮੀ ਲੱਗਦੀ ਹੈ ਨਾ, ਜ਼ਿਆਦਾ ਗਰਮੀ ਲੱਗੀ ਜਾਂਦੀ ਹੈ ਆਪਾਂ ਨੂੰ, ਇੱਥੇ ਨਾ ਆਇਓ, ਇੱਕ ਇੱਥੇ ਚੁੰਬੀ ਮਾਰਿਆ ਹੋ ਜੇ ਮੁੜ ਕੇ ਨਾ, ਸਾਰੀ ਉਮਰ ਗਰਮੀ ਲੱਗ ਗਈ ਤਾਂ ਮੈਨੂੰ ਕਹਿ ਦਿਓ, ਸੁੱਕੇ ਨਹੀਂ ਮੁੜਦੇ, ਕਿਉਂਕਿ ਬੱਚੋ ਇਹ ਬਹੁਤ ਜ਼ਿਆਦਾ ਸਾਈਟ ਹੈ। ਪਹਿਲਾਂ ਆਪਾਂ ਇਹ ਸਾਈਟ ਦੀ ਗੱਲ ਕਰਦੇ ਹਾਂ, ਬਹੁਤ ਜ਼ਿਆਦਾ ਡੂੰਘੀ ਹੈ, 1380 ਫੀਟ ਹੈ, 1380 ਫੀਟ। ਬਟ ਕੀ ਇਹ ਬਲਿਊ ਹੋਲ ਵਰਲਡ ਦਾ ਇਕਲੌਤਾ ਹੀ ਹੈ? ਨਹੀਂ, ਪਰ ਆਪਾਂ ਕਹਿੰਦੇ ਪਹਿਲਾਂ ਪੜ੍ਹੇ ਨਹੀਂ, ਇਹ ਪਹਿਲਾਂ ਬੱਚੇ ਇੱਕ ਆਲਰੇਡੀ ਹੈਗਾ, ਉਹ 990 ਫੁੱਟ ਹੈ, ਉਹ ਆਪਣਾ ਹੈਗਾ ਬਲਿਊ ਹੋਲ ਸਾਂਸ਼ਾ ਯੋਂਗਲੇ ਬਲਿਊ ਹੋਲ, ਜਿਹੜਾ ਕਿ ਸਾਊਥ ਚਾਈਨਾ ਸੀ ਦੇ ਵਿੱਚ ਹੈ।
ਸੋ ਸਾਊਥ ਚਾਈਨਾ ਸੀ ਤੋਂ ਆਪਾਂ ਨੂੰ ਇੱਕ ਡੂੰਘਾ ਬਲੂ ਹੋਲ ਬੱਚਿਓ ਮਿਲ ਚੁੱਕਿਆ ਹੈ। ਕਿੱਥੇ ਆ ਉਹ? ਯਾਦ ਰੱਖਿਓ, ਮੈਕਸੀਕੋ ਦੇ ਵਿੱਚ ਆ ਬੱਚਿਓ। ਮੈਕਸੀਕੋ ਦਾ ਕਿਹੜਾ ਪੈਨਿਨਸੂਲਾ ਹੈ? ਯੂਕੈਟਨ ਪੈਨਿਨਸੂਲਾ। ਤੇ ਇਹ ਡੀਪੈਸਟ ਨੋਨ ਅੰਡਰ ਵਾਟਰ ਸਿੰਕ ਹੋਲ ਹੈ, ਇਹ ਆਪਾਂ ਯਾਦ ਰੱਖ ਸਕਦੇ ਹਾਂ। ਬਾਕੀ ਤਮਜਾ, ਤਮਜਾ ਦਾ ਮਤਲਬ ਕੀ ਹੈ? ਬਿਕੋਜ਼ ਤਮਜਾ ਦਾ ਮਤਲਬ ਹੁੰਦਾ ਹੈ ਡੀਪ ਵਾਟਰ, ਤਮਜਾ ਦਾ ਮਤਲਬ ਹੀ ਡੀਪ ਵਾਟਰ ਹੈ। ਤੁਸੀਂ ਕਹਿੰਦੇ ਹੋਵੋਗੇ ਫਿਰ ਇਹਦਾ ਮਤਲਬ ਇਹ ਅੰਗਰੇਜ਼ੀ ਦਾ ਵਰਡ ਨਹੀਂ ਹੈਗਾ ਤਮਜਾ, ਫਿਰ ਤਾਂ ਨਾ ਹੀ ਡੀਪ ਵਾਟਰ ਧਰ ਦਿੰਦੇ। ਇਹਦੀ ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਬਣਦੀ ਹੈ ਡੀਪ ਵਾਟਰ। ਅਤੇ ਤਮਜਾ ਇਹ ਕਿਹੜੀ ਭਾਸ਼ਾ ਹੈ? ਮਾਇਨ, ਮਾਇਨ ਲੈਂਗੁਏਜ ਬੱਚੋ ਚੱਲਦੀ ਹੈ ਆਪਣੇ ਗੁਆਟੇਮਾਲਾ ਹੋ ਗਿਆ, ਹੋਂਡਰਸ ਹੋ ਗਿਆ, ਮੈਕਸੀਕੋ ਦੇ ਵਿੱਚ ਹੋ ਗਿਆ, ਸੈਂਟਰਲ ਅਮੈਰੀਕਾ ਦੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਮਾਇਨ। ਸੋ ਇਹ ਮਾਇਨ ਭਾਸ਼ਾ ਦਾ ਵਰਡ ਹੈ, ਸਮਝ ਗਏ? ਹੁਣ ਮਾੜਾ ਆਪਾਂ ਸਵਾਲ 'ਤੇ ਵਾਪਸ ਆ ਜਾਂਦੇ ਹਾਂ। ਕਹਿੰਦੇ ਇਹ ਡੀਪੈਸਟ ਨੋਨ ਅੰਡਰ ਵਾਟਰ ਸਿੰਕ ਹੋਲ ਹੈ ਦੁਨੀਆ ਦਾ, ਇਹ ਪੁਆਇੰਟ ਜਮਾਂ ਸਹੀ ਹੈ, ਹੁਣੇ ਦੱਸ ਕੇ ਹਟੇ। ਕਹਿੰਦੇ ਇਹ ਲੋਕੇਟਡ ਆ ਬੱਚੋ ਆਸਟ੍ਰੇਲੀਆ ਦੇ ਕੰਡੇ 'ਤੇ ਪੈਸੀਫਿਕ ਓਸ਼ਨ 'ਚ, ਇਸ ਨੂੰ ਮੈਂ ਦੱਸ ਚੁੱਕਿਆ, ਇਹ ਮੈਕਸੀਕੋ ਦੇ ਯੂਕਾਟਨ ਪੈਨਿਨਸੂਲਾ ਦਾ ਹਿੱਸਾ ਹੈ। ਸਾਊਥ ਚਾਈਨਾ ਸੀ ਦਾ ਜਿਹੜਾ ਬਲਿਊ ਹੋਲ ਹੈ ਉਹਦਾ ਰਿਕਾਰਡ ਇਸ ਬਲਿਊ ਹੋਲ ਨੇ ਤੋੜ ਦਿੱਤਾ ਹੈ ਕਾਫੀ ਵੱਡੇ ਮਾਰਜਨ ਦੇ ਨਾਲ, ਇਹ ਵੀ ਆਪਾਂ ਦੇਖ ਲਿਆ। ਤੇ ਅਗੇਨ ਆਪਾਂ ਨੂੰ ਬੱਚੋ ਕਰੈਕਟ ਪੁੱਛਿਆ ਤਾਂ ਜਵਾਬ ਮਿਲ ਗਿਆ ਆਪਾਂ ਨੂੰ ਪਹਿਲਾ, ਇੰਜ ਬਣਿਆ ਹੁੰਦਾ ਬਲਿਊ ਹੋਲ, ਫੋਟੋ ਦੇਖ ਸਕਦੇ ਹੋ, ਵੈਸੇ ਨਾ ਵੀ ਲੱਗੇ ਤਾਂ ਵੱਡੀ ਗੱਲ ਨਹੀਂ। ਕਹਿੰਦੇ ਸਾਇੰਟਿਸਟ ਨੇ ਬੱਚੋ ਯੈਟ ਟੂ ਰੀਚ ਦਾ ਬੋਟਮ, ਮਤਲਬ ਹਜੇ ਤਾਂ ਬੋਟਮ 'ਤੇ ਪਹੁੰਚੇ ਨਹੀਂ। ਤੁਸੀਂ ਹਿਸਾਬ ਲਾ ਲਓ, ਗਾਹਾਂ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਵੀ ਤਾਂ ਕਨੈਕਸ਼ਨ ਗਾਹਾਂ ਥੱਲੇ ਹੋਰ ਗੁਫਾਵਾਂ ਦੇ ਨਾਲ, ਸੁਰੰਗਾਂ ਸੁਰੰਗਾਂ ਦੇ ਨਾਲ ਵੀ ਹੈ, ਪਤਾ ਨਹੀਂ ਦੁਨੀਆਂ 'ਚ ਹਜੇ ਤੱਕ ਕੀ ਕੁਛ ਲੱਭਣਾ ਆਪਾਂ। ਸੋ ਇਹ ਮੈਕਸੀਕੋ ਦੇ ਚਿਤੰਬਲ ਬੇ ਬੱਚੋ, ਉੱਥੇ ਮਤਲਬ ਗੱਲ ਨਹੀਂ, ਸਾਰੀ ਖਬਰ ਆਪਾਂ ਦੇਖ ਹੀ ਲਈ, ਆਹ ਸਾਰੇ ਪੁਆਇੰਟ ਵੀ ਆਪਾਂ ਦੇਖ ਸਕਦੇ ਹਾਂ। ਆਹ ਪੁਆਇੰਟ ਤੁਹਾਡੇ ਵਾਸਤੇ ਕੀਮਤੀ ਹੈ ਵੀ ਕੁਛ ਹੋਰ ਵੀ ਹੈ, ਕੁਛ ਹੋਰ ਵੀ ਹੈ ਆਲਰੇਡੀ, ਜਿਵੇਂ ਆਹ ਬਹੁਤ ਫੇਮਸ ਹੈ ਡੀਨਸ ਬਲਿਊ ਹੋਲ ਬੱਚੋ, ਇਹ ਕਿੱਥੇ ਹੈ? ਇਹ ਬਹਾਮਾਸ ਦੇ ਵਿੱਚ ਹੈ। ਦਹਾਬ ਬਲਿਊ ਹੋਲ ਕਿੱਥੇ ਹੈ ਬੱਚੋ? ਇਹ ਇਜਿਪਟ ਦੇ ਵਿੱਚ ਹੈ। ਗ੍ਰੇਟ ਬਲਿਊ ਹੋਲ ਕਿੱਥੇ ਹੈ? ਬੈਲਿਸ। ਬਾਕੀ ਮੁਲਕ ਤਾਂ ਠੀਕ ਹੈ, ਬੈਲਿਸ ਵੀ ਬੱਚੋ ਇੱਕ ਮੁਲਕ ਹੈ, ਇਹ ਆਪਣੇ ਸੈਂਟਰਲ ਅਮੈਰੀਕਾ ਦਾ ਮੁਲਕ ਹੈ। ਸੈਂਟਰਲ ਅਮੈਰੀਕਾ ਦੇ ਮੁਲਕ ਆਮ ਤੌਰ 'ਤੇ ਬੱਚੇ ਸਭ ਤੋਂ ਘੱਟ ਪੜ੍ਹਦੇ ਹੁੰਦੇ ਹੈ, ਇੱਕ ਮੁਲਕ ਹੈ। ਇੱਥੇ ਵੀ ਇੱਕ ਬੇ ਆਲਰੇਡੀ ਆਪਣਾ ਹੋਲ ਹੈਗਾ ਬਲਿਊ ਹੋਲ, ਇਜਿਪਟ ਦਾ ਬਲਿਊ ਹੋਲ ਬਹੁਤ ਫੇਮਸ ਹੈ। ਸਾਊਥ ਚਾਈਨਾ ਸੀ ਦਾ ਆਪਾਂ ਦੇਖ ਲਿਆ, ਆਹ ਬਹਾਮਾਸ ਤਾਂ ਦੇਖ ਲਿਆ, ਬਟ ਹੁਣ ਚੋਟੀ 'ਤੇ ਕਿਹੜਾ? ਤਮਜਾ। ਕਿਹੜਾ ਬੱਚੋ? ਤਮਜਾ। ਅੱਜ ਦੇਖ ਸਕਦੇ ਹੋ ਤੁਸੀਂ ਇਹ 1380 ਫੁੱਟ ਤੱਕ ਦਾ ਐਟਲੀਸਟ ਕਹਿ ਰਹੇ ਆ ਹਜੇ, ਅਤੇ ਪਿਛਲਾ ਆਪਣਾ ਸਿਰਫ 990 ਫੁੱਟ ਦਾ, ਸੋ ਕਾਫੀ ਵੱਡੇ ਮਾਰਜਨ ਦੇ ਨਾਲ ਅੱਗੇ ਟੱਪ ਚੁੱਕਿਆ, ਸਮਝ ਗਏ? ਲਓ ਵੀ ਮੇਰੇ ਹਿਸਾਬ ਨਾਲ ਸਾਇੰਸ ਐਂਡ ਟੈਕਨੋਲੋਜੀ ਬੇਸਡ ਜੇਕਰ ਤੁਹਾਨੂੰ ਇਸ ਵਾਰ ਸਵਾਲ ਪੇਪਰ ਵਾਲੇ ਨੇ ਪੁੱਛਣਾ ਹੈ ਤਾਂ ਉਹ ਇਸ ਅਕਾਰਡ ਦਾ ਪੁੱਛਿਆ ਜਾਊਗਾ ਬੱਚੋ, ਬਿਕੋਜ਼ ਨਾਸਾ ਬਹੁਤ ਬਹੁਤ ਵੱਡੇ ਲੈਵਲ 'ਤੇ ਤਹਿਲਕਾ ਮਚਾਉਣ ਜਾ ਰਿਹਾ ਹੈ ਇਸ ਅਕਾਰਡ ਦੇ ਨਾਲ। ਕਾਫੀ ਨਾਲੇ ਐਂ ਨਹੀਂ ਵੀ ਨਾਸਾ ਨੇ ਇਕੱਲੀ ਆਪਦੀ ਵਾਹ ਵਾਹ ਖੱਟਣੀ ਹੈ, ਲਗਭਗ 38 ਮੁਲਕ ਉਹਨਾਂ ਨੇ ਇਸ ਅਕਾਰਡ 'ਚ ਸ਼ਾਮਿਲ ਕਰ ਲਏ, ਜਿਹੜੇ ਅਕਾਰਡ ਦਾ ਨਾਮ ਕੀ ਹੈ? ਆਰਟਮਿਸ ਅਕਾਰਡ। ਅਤੇ 38ਵੀਂ ਕੰਟਰੀ ਬੱਚੋ ਜਿਹਨੇ ਇਸ ਅਕਾਰਡ ਨੂੰ ਸਾਈਨ ਕੀਤਾ ਹੈ ਉਹ ਆਪਣਾ ਹੈਗਾ ਜੀ ਸਵੀਡਨ। ਸਵੀਡਨ ਜਾ ਇੱਕ ਆਪਾਂ ਦੇਖਿਆ ਸੀ ਵਰਲਡ ਦੀ ਮੋਸਟ ਪਾਵਰਫੁੱਲ ਲੇਜ਼ਰ ਕਿਹਨੇ ਬਣਾਈ ਆ? ਰੋਮਾਨੀਆ। ਸੋ ਯੂਰੋਪੀਅਨ ਬੇਸਡ ਕੁਸ਼ਚਨ ਬੱਚੋ ਆਮ ਤੌਰ 'ਤੇ ਕਾਫੀ ਚੱਲਦੇ ਆ, ਯਾਦ ਰੱਖਿਓ। ਸੋ ਆਰਟਮਿਸ ਅਕਾਰਡ ਕੀ ਹੈ? ਪਹਿਲੀ ਗੱਲ ਤਾਂ ਆਰਟਮਿਸ, ਪਹਿਲੀ ਗੱਲ ਤਾਂ ਨਾਸਾ ਵਾਲੇ ਇੰਨੇ ਫੈਂਸੀ ਨਾਮ ਕਿੱਥੋਂ ਲੈ ਕੇ ਆਉਂਦੇ ਹੈ? ਜਿਵੇਂ ਤੁਸੀਂ ਸੁਣਿਆ ਹੋਊਗਾ ਨਾਸਾ ਦਾ ਇੱਕ ਬਹੁਤ ਫੇਮਸ ਮਿਸ਼ਨ ਹੁੰਦਾ ਅਪੋਲੋ ਮਿਸ਼ਨ, ਸੁਣਿਆ ਤੁਸੀਂ ਅਪੋਲੋ ਮਿਸ਼ਨ? ਇਹ ਆਰਟਮਿਸ ਸਮਝ ਲਓ, ਇਹ ਵੀ ਮਿਸ਼ਨ ਹੀ ਹੈ। ਪਹਿਲੀ ਗੱਲ ਤਾਂ ਇਹ ਗ੍ਰੀਕ ਗੋਡਸ ਦੇ ਨੇਮ 'ਤੇ ਹੁੰਦਾ, ਅਪੋਲੋ ਇੱਕ ਗ੍ਰੀਕ ਗੋਡ ਹੈ, ਉਸੇ ਤਰੀਕੇ ਨਾਲ ਆਰਟਮਿਸ ਇੱਕ ਗ੍ਰੀਕ ਦੇਵੀ ਹੈ, ਇਹ ਵੀ ਗੋਡੈਸ ਹੈ, ਦੋਨੇ ਬ੍ਰਦਰ ਸਿਸਟਰ ਹੀ ਹੈ, ਲੈ ਕਿਆ ਬਾਤ ਹੈ। ਜਿਹੜਾ ਆਪਣਾ ਬੱਚੋ ਅਪੋਲੋ ਗੋਡ ਹੈ ਅਤੇ ਆਰਟਮਿਸ ਹੈ, ਇਹ ਦੋਨੇ ਭੈਣ ਭਰਾ ਨੇ, ਬ੍ਰਦਰ ਸਿਸਟਰਸ ਨੇ। ਅਤੇ ਇਸ ਮਿਸ਼ਨ ਦੇ ਵਿੱਚ ਨਾਸਾ ਪਤਾ ਕੀ ਕਰ ਰਿਹਾ?
ਫਾਈਨਲੀ ਆਪਾਂ ਜਿਹੜੀ ਅੱਜ ਤੱਕ ਗੱਲ ਸੁਣ ਰਹੇ ਹਾਂ ਪਿਛਲੇ 8-10 ਸਾਲਾਂ ਤੋਂ ਵੀ ਮਨੁੱਖ ਉਹ ਦਿਨ ਦੂਰ ਨਹੀਂ ਜਦੋਂ ਚੰਦ 'ਤੇ ਕਲੋਨੀ ਕੱਟ ਦੇਣਗੇ, ਆਪਦਾ ਪਹਿਲਾ ਬੇਸ ਲਾਉਣਾ ਉੱਥੇ। ਆਮ ਤੌਰ 'ਤੇ ਇਹ ਕਹਿੰਦੇ ਹਿਊਮਨ ਬੀਂਗਸ ਭੇਜਣੇ ਆ, ਕਹਿੰਦੇ ਆਪਾਂ ਮੂਨ 'ਤੇ, ਅਤੇ ਐਂ ਨਹੀਂ ਵੀ ਆ ਭੇਜਣੇ ਪਹਿਲਾਂ ਨੂੰ ਭੇਜਣੇ ਆ ਵੀ ਉੱਥੇ ਮੈਂ ਹੱਥ ਲਾ ਕੇ ਮੁੜਿਆ ਆ ਜਾਂ ਉੱਥੇ ਮੈਂ ਪੈਰ ਧਰ ਕੇ ਮੁੜਿਆ ਆ ਵੀ ਕਿਹੜਾ ਪੈਰ ਧਰਿਆ ਕਿਹੜਾ ਹੱਥ ਲਾਇਆ, ਐਂ ਨਹੀਂ। ਉੱਥੇ ਵਧੀਆ ਸਸਤੀ ਥਾਂ ਦੇਖ ਕੇ ਕਲੋਨੀ ਕੱਟ ਕੇ ਆਉਣੀ ਹੈ, ਉੱਥੇ ਬਣਾਵਾਂਗੇ ਆਪਾਂ ਬੇਸ ਮੂਨ 'ਤੇ। ਸੋ ਬਹੁਤ ਵੱਡਾ ਮਿਸ਼ਨ ਹੈ। ਅਰਥ ਇੰਡੀਆ ਵੀ ਇਹਦਾ ਮੈਂਬਰ ਹੈ, ਤੁਹਾਨੂੰ ਦੱਸ ਦਿੰਦਾ ਮੈਂ। ਇੰਡੀਆ 27ਵੇਂ ਨੰਬਰ 'ਤੇ, ਇੰਡੀਆ 27th ਮੈਂਬਰ ਬਣ ਗਿਆ ਸੀ ਅਰਤਮਿਸ ਅਕੋਰਡ ਦਾ। ਸਵੀਡਨ ਆਪਣਾ ਹੁਣ 38ਵਾਂ ਬਣ ਚੁੱਕਿਆ। ਹੁਣ ਅਰਤਮਿਸ ਦਾ ਮੇਰੇ ਅਕੋਰਡਿੰਗ ਉਹਨਾਂ ਦੇ ਪੇਪਰ 'ਚ ਸਵਾਲ ਪੁੱਛ ਸਕਦੇ ਹੈ। ਇੱਕ ਤਾਂ ਆਪਾਂ ਦੇਖ ਲਈਏ ਜਦੋਂ ਮੈਂਬਰ ਪੁੱਛ ਲਏ, ਇੰਡੀਆ ਵੀ ਆਪਾਂ ਦੇਖ ਲਿਆ ਵੀ ਇਹਦਾ ਮਤਲਬ ਆਲਰੇਡੀ ਮੈਂਬਰ ਹੈਗਾ ਇਸ ਅਕੋਰਡ ਦਾ। ਆਹ ਪੁਆਇੰਟ ਬਹੁਤ ਜ਼ਿਆਦਾ ਕੀਮਤੀ ਹੈ ਵੀ ਅਰਤਮਿਸ ਦੀ ਫੁੱਲ ਫੋਰਮ ਕਿਆ ਹੈ। ਅਰਤਮਿਸ ਦੀ ਫੁੱਲ ਫੋਰਮ ਕੀ ਹੈ ਬੱਚੋ? ਐਕਸਲਰੇਸ਼ਨ ਰੀਕਨੈਕਸ਼ਨ ਟਰਬੁਲੈਂਸ ਐਂਡ ਇਲੈਕਟ੍ਰੋਡਾਇਨਾਮਿਕਸ ਆਫ ਦੀ ਮੂਨਸ ਇੰਟਰੈਕਸ਼ਨ ਵਿਦ ਅ ਸਨ। ਇਹ ਫੁੱਲ ਫੋਰਮ ਯਾਦ ਕਰਨੀ ਹੀ ਕਰਨੀ ਹੈ। ਚਾਰ ਆਪਸ਼ਨ ਦੇ ਕੇ ਪੱਕਾ ਪੁੱਛਿਆ ਜਾਏਗਾ, ਸਮਝ ਗਏ? ਅਤੇ ਉਸ ਦੱਸ ਹੀ ਦਿੱਤਾ ਮੈਂ ਵੀ ਇਸ ਪ੍ਰੋਗਰਾਮ ਤਹਿਤ ਨਾਸਾ ਕਹਿੰਦੇ ਲੈਂਡ ਕਰੂਗੀ, ਨਾਲ ਔਰਤ ਵੀ ਜਾਊ ਇਸ ਵਾਰ, ਪੰਦਾ ਜਾਊਗਾ ਹਰ ਕਲਰ ਦਾ, ਗੋਰਾ ਕਾਲਾ ਚਿੱਟਾ ਸਭ ਭੇਜਣਗੇ। ਡਿਸਕਵਰੀਆਂ ਹੋਣਗੀਆਂ, ਲਿਊਨਰ ਸਰਫੇਸ ਮਤਲਬ ਮੂਨ ਦੀ ਸਤਾ ਨੂੰ ਵਧੀਆ ਤਰੀਕੇ ਨਾਲ ਹੁਣ ਜਾਂਚ ਪੜਤਾਲ ਚੱਲ ਪਈ ਹੈ। ਅਤੇ ਬਾਕੀ ਬਸ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਜਿਹੜਾ ਮਿਸ਼ਨ ਹੈ, ਇਹ ਇਹਨਾਂ ਨੇ ਕਾਫੀ ਟਾਈਮ ਦਾ ਲਾਂਚ ਕੀਤਾ ਹੋਇਆ। 2020 ਤੋਂ 7 ਮੁਲਕਾਂ ਨੇ ਰਲ ਕੇ ਵਿੱਚੋਂ ਇਹ ਕੰਮ ਚਲਾਇਆ ਸੀ। ਨਾਸਾ ਅਤੇ US ਡਿਪਾਰਟਮੈਂਟ ਆਫ ਸਪੇਸ ਨੂੰ ਲੀਡ ਕਰ ਰਿਹਾ। ਜਿਹੜੇ ਸਭ ਬਾਕੀ ਮੁਲਕ ਹੈ ਜਿਵੇਂ ਆਸਟ੍ਰੇਲੀਆ, ਕੈਨੇਡਾ, ਇਟਲੀ, ਜਪਾਨ, ਲਗਜ਼ਮਬਰਗ, UAE, UK, ਇਹ 7 ਨੇ ਕੰਮ ਚਲਾਇਆ। ਅਤੇ ਸਵੀਡਨ ਵਿੱਚੋਂ 38 ਮੁਲਕ ਬਣ ਗਿਆ, ਇੰਡੀਆ ਵੀ ਆਲਰੇਡੀ ਹੈਗਾ। ਇਹ ਸਾਰੇ ਕੀਮਤੀ ਪੁਆਇੰਟ ਯਾਦ ਰੱਖਣੇ ਹਨ। ਲਓ ਆਪਾਂ ਦੇਖਿਆ ਵਰਲਡ ਦੀ ਸੁਪਰ ਪਾਵਰ ਲੇਜਰ ਬਣਾਈ ਆ ਰੋਮਾਨੀਆ ਨੇ। ਅਰਤਮਿਸ ਅਕੋਰਡ ਦਾ 38 ਮੈਂਬਰ ਬਣ ਗਿਆ ਆਪਣਾ ਸਵੀਡਨ। ਮਾਊਂਟ ਰੋਆਂਗ ਵਾਲਕੇ ਨੂੰ ਆਪਾਂ ਦੇਖਿਆ ਇੰਡੋਨੇਸ਼ੀਆ 'ਚ ਹੈ। ਮਾਊਂਟ ਰੈਬਸ ਦੇਖਿਆ ਆਪਾਂ ਅੰਟਾਰਕਟਿਕਾ ਦੇ ਵਿੱਚ ਹੈ। ਸਿਸਲੀ ਵਾਲਾ ਆਪਾਂ ਵੀ ਆਪਾਂ ਹੁਣੀ ਦੇਖ ਰਹੇ ਹਾਂ, ਉਹ ਮਤਲਬ ਉੱਥੇ ਸਿਕਟਾਂ ਨੂੰ ਧੂੰਆਂ ਕੱਢੀ ਜਾਂਦਾ ਹੈ। ਅਤੇ ਉਸੇ ਤਰੀਕੇ ਨਾਲ ਬੱਚੋ ਕਿਹੜੇ ਮੁਲਕ ਨੇ ਫਿਰ ਕਹਿੰਦੇ ਡਿਵੈਲਪ ਕਰਤੀ? ਸੋਡੀਅਮ ਬੇਸਡ ਬੈਂਟਰੀ, ਆਪਣੀਆਂ ਬੈਂਟਰੀਆਂ ਚੱਲਦੀਆਂ ਲੀਥੀਅਮ ਆਇਨ ਬੈਂਟਰੀਆਂ। ਲੀਥੀਅਮ ਆਇਨ ਬੈਂਟਰੀਆਂ ਹੈਗੀਆਂ ਤੁਸੀਂ ਕਹੋਗੇ ਆਲਰੇਡੀ, ਪਰ ਸੋਡੀਅਮ ਆਇਨ ਬੈਂਟਰੀ ਕਿਉਂ ਬਣਾਈ ਹੈ? ਪਹਿਲੀ ਗੱਲ ਤਾਂ ਜਿਹੜਾ ਲੀਥੀਅਮ ਹੈ ਉਹ ਬੈਟਰੀਆਂ ਗਰਮ ਵਾਲੀ ਹੁੰਦੀਆਂ, ਉਹਦੇ ਪੜਾਕੇ ਵਾਲੇ ਪੈਂਦੇ ਹੈ। ਸੋਡੀਅਮ ਆਇਨ ਬੈਂਟਰੀ ਦਾ ਪਹਿਲਾਂ ਤਾਂ ਆਹ ਸੁੱਖ ਹੋਊਗਾ ਵੀ ਇਹ ਗਰਮ ਛੇਤੀ ਨਹੀਂ ਹੁੰਦੀ, ਇਹਦਾ ਪੜਾਕਾ ਛੇਤੀ ਨਹੀਂ ਪੈਂਦਾ। ਦੂਜਾ ਸਭ ਤੋਂ ਵੱਡਾ ਇਹ ਸਸਤਾ ਸਰੋਤ ਹੈ, ਕਿਉਂਕਿ ਸੋਡੀਅਮ ਬੱਚੋ 500 ਤੋਂ 1000 ਗੁਣਾ ਜ਼ਿਆਦਾ ਹੈ ਲੀਥੀਅਮ ਨਾਲੋਂ, ਸਮਝ ਗਏ? ਸੋ ਇਹਦੀ ਅਵੇਲੇਬਿਲਟੀ ਵੀ ਜ਼ਿਆਦਾ ਹੈ। ਸੋ ਫਿਰ ਇਸ ਬੇਸਡ ਬੈਂਟਰੀ ਬੱਚੋ ਸਾਊਥ ਕੋਰੀਆ ਨੇ ਡਿਵੈਲਪ ਕਰ ਦਿੱਤੀ ਹੈ, ਜਿਹੜੀ ਕਹਿੰਦੇ ਸਕਿੰਟਾਂ 'ਚ ਹੀ ਬੈਂਟਰੀ ਚਾਰਜ ਹੋ ਜਾਇਆ ਕਰੂਗੀ, ਸਕਿੰਟਾਂ 'ਚ ਹੀ। ਮੈਨੂੰ ਤਾਂ ਲੱਗਦਾ ਇੱਕ ਦਿਨ ਇਹੋ ਜਿਹਾ ਟਾਈਮ ਵੀ ਆ ਜਾਊਗਾ ਪਰ ਜਿੱਦੇ ਐਂ ਚਾਰਜ ਵਾਲੇ ਸੁੱਚ ਨੱਪੀ ਬੈਂਟਰੀ ਚਾਰਜ ਕੱਢ ਕੇ ਲੈ ਜਾਇਆ ਕਰਾਂਗੇ। ਕੰਪਨੀਆਂ ਆਪਣੇ ਪੁਰਾਣੇ ਟਾਈਮਾਂ ਵਜੋਂ ਆਪਣੇ ਮੋਟੇ ਕਿੱਲੀ ਵਾਲੇ ਚਾਰਜਰ ਹੁੰਦੇ ਸੀ, 3-3 ਚਾਰਜਰ ਘੰਟੇ ਚਾਰਜ ਲਾਉਣਾ ਪੈਂਦਾ ਹੁੰਦਾ ਸੀ, ਫਿਰ ਘੰਟੇ 'ਤੇ ਆ ਗਏ, ਫਿਰ 40 ਮਿੰਟਾਂ 'ਤੇ ਆ ਗਏ, ਹੁਣ ਕਹਿੰਦੇ ਕੰਪਨੀਆਂ ਕਹਿੰਦੇ 50 ਮਿੰਟਾਂ 'ਚ 50%, 15 ਮਿੰਟਾਂ 'ਚ 50%, ਹੁਣ ਤਾਂ ਪਤਾ ਹੀ ਨਹੀਂ ਕੀ ਕੁਛ ਹੋ ਜਾਂਦਾ। ਬਸ ਇੱਕ ਵਾਰੀ ਇਹ ਟਾਈਮ ਹੈ, ਸੋਚੀ ਨੱਪਣੀ ਪਿਆ ਕਰਨੀ ਆ ਭਾਈ, ਪੜਾਕੇ ਪੈਣਗੇ, ਹੋਰ ਤਾਂ ਕੀ ਹੈ, ਇਹੋ ਜਿਹੀਆਂ ਖੋਜਾਂ ਕੱਢਣਗੇ। ਸੋ ਸਾਊਥ ਕੋਰੀਆ ਨੇ ਬ੍ਰੇਕ ਥਰੂ ਹਾਈ ਪਾਵਰਡ ਸੋਡੀਅਮ ਆਇਨ ਬੈਂਟਰੀ ਕਰਤੀ ਲਾਂਚ, ਸਕਿੰਟਾਂ ਚਾਰਜ ਹੋ ਜਾ ਕਰੂਗੀ ਸਿਰੈ। ਅਤੇ ਸੋਡੀਅਮ ਬੱਚੋਂ ਦੱਸ ਹੀ ਦਿੱਤਾ 1000 ਗੁਣਾ ਅਬੰਡੈਂਟ ਹੈ ਲੀਥੀਅਮ ਨਾਲ, 500 ਤੋਂ ਕਈ ਥਾਵਾਂ 'ਤੇ 500 ਕਹਿ ਦਿੰਦੇ ਆ, 500 ਗੁਣਾ ਹੈ, ਕਈ ਥਾਵਾਂ 'ਤੇ 600 ਗੁਣਾ ਕਹਿ ਦਿੰਦੇ ਆ, ਕਈ ਥਾਵਾਂ 'ਤੇ 700 ਗੁਣਾ ਕਹਿ ਦਿੰਦੇ ਆ, ਕਿੰਨਾ ਮਰਜ਼ੀ ਕਹੀ ਜਾਣਾ, ਇੰਨਾ ਪਤਾ ਹੈ ਵੀ ਕਾਫੀ ਗੁਣਾ ਜ਼ਿਆਦਾ ਹੈ। ਤੋ ਮੋਰ ਐਕਸੈਸੀਬਲ ਹੈ, ਮੋਰ ਚੀਪਰ ਹੈ, ਤਾਂ ਚੰਗੀ ਗੱਲ ਹੈ, ਸਮਝ ਗਏ ਮੇਰੀ ਗੱਲ? ਚਲੋ ਜੀ,
ਇਹੋ ਜਿਹੇ ਪੁਆਇੰਟਾਂ ਕਰਕੇ ਬਸ ਆਇਆ ਵੀ ਅਮਰੀਕਾ ਕਿਸੇ ਨਾ ਕਿਸੇ ਮੁਲਕਾਂ ਦੇ ਛਿੱਤਰ ਫਵਾਉਂਦਾ ਹੀ ਰਹਿੰਦਾ। ਉਸ ਨੂੰ ਪਤਾ ਰਸ਼ੀਆ ਅਤੇ ਯੂਕਰੇਨ ਦੀ ਵਾਰ ਇਹੋ ਜਿਹੀ ਹੈ ਜਿਹੜੀ ਠੰਡੇ ਬਸਤੇ 'ਚ ਹੀ ਪੈ ਚੁੱਕੀ ਹੈ। ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਸ ਜੰਗ 'ਚ ਬਣਿਆ ਕੀ, ਨਤੀਜਾ ਕੀ ਹੋਇਆ, ਕੀ ਵਿੱਚੀ ਰਫਾ ਦਫਾ। ਪਹਿਲੀ ਲੜਾਈ ਹੈ ਜਿਹੜੀ ਵਿੱਚੀ ਰਫਾ ਦਫਾ ਹੋਈ ਪਈ ਹੈ। ਹਾਂ, ਨੁਕਸਾਨ ਦੋਨੇ ਤਰ੍ਹਾਂ ਦਾ ਬਹੁਤ ਜ਼ਿਆਦਾ ਹੋਇਆ। ਇਹ ਆਪਾਂ ਅਕਸਰ ਹੀ ਕਹਿੰਦੇ ਹੁੰਦੇ ਹਾਂ ਵੀ ਲੜਾਈਆਂ ਦੇ ਵਿੱਚ ਕੁਛ ਨਹੀਂ ਰੱਖਿਆ, ਮੁਲਕ ਚਾਹੇ ਤਕੜਾ ਮੁਲਕ ਚਾਹੇ ਮਾੜਾ, ਨੁਕਸਾਨ ਦੋਨੇ ਤਰ੍ਹਾਂ ਦਾ ਹੋਣਾ ਹੀ ਹੋਣਾ। ਸ਼ਾਂਤੀ ਬਣਾ ਕੇ ਰੱਖੋਗੇ ਚੰਗੀ ਗੱਲ ਹੈ। ਕਹਿੰਦੇ ਕਿਹੜੇ ਮੁਲਕ ਨੇ ਬਿੱਲ ਪਾਸ ਕੀਤਾ ਫੋਰਨ ਏਡ, ਇਸ ਨੂੰ ਸਪੋਰਟ ਕਰਦੇ ਹਾਂ ਅਸੀਂ, ਕਹਿੰਦੇ ਮਿਲਟਰੀ ਅਲਾਇੰਸ ਤੋਂ ਯੂਕਰੇਨ ਦੇਵਾਂਗੇ। ਇਹ ਪਵਾੜੇ ਸਾਨੂੰ ਪਤਾ ਅਮਰੀਕਾ ਵਾਲੇ ਪਵਾਉਂਦੇ ਹੁੰਦੇ ਆ। ਅਮਰੀਕਾ ਵਾਲਿਆਂ ਨੇ ਇੰਨਾ ਵੱਡਾ ਪੈਕੇਜ ਜਾਰੀ ਕੀਤਾ, ਅਖਬਾਰਾਂ ਤੋਂ ਐਡੀਆਂ ਐਡੀਆਂ ਖਬਰਾਂ ਆਈਆਂ ਸੀ, ਤਾਂ ਮੇਰਾ ਇਹ ਫਰਜ਼ ਬਣਦਾ ਹੈ ਵੀ ਤੁਹਾਨੂੰ ਦੱਸਦਾ ਮੈਂ ਵੀ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ ਜੋ ਬਾਈਡਨ, ਇਹਨੇ 95 ਬਿਲੀਅਨ ਮਿਲਟਰੀ ਏਡ ਪੈਕੇਜ ਲਾਂਚ ਕੀਤਾ ਜਿਸੋ 61 ਬਿਲੀਅਨ ਦੀ ਸਪੋਰਟ ਇਕੱਲੇ ਯੂਕਰੇਨ ਨੂੰ ਹੋਣੀ ਹੈ, ਬਾਕੀ 26 ਬਿਲੀਅਨ ਦੀ ਇਜ਼ਰਾਈਲ ਨੂੰ ਹੋਣੀ ਹੈ, 8 ਬਿਲੀਅਨ ਆਪਣੇ ਇੰਡੋ ਪੈਸੇਫਿਕ ਵਾਲਾ ਨੂੰ ਹੋਣੀ ਹੈ। ਬਟ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਪਤਾ ਕੀ ਹੈ, ਟਿੱਕਟੋਕ ਵਾਲੀ ਹੁਣ ਅਮਰੀਕਾ ਦੇ ਵਿੱਚੋਂ ਵੀ ਉੱਡੂਗੀ, ਕਿਉਂਕਿ ਜਿਹੜੀ ਕੰਪਨੀ ਉੱਥੇ ਟਿੱਕਟੋਕ ਨੂੰ ਚਲਾ ਰਹੀ ਆ ਨਾ, ਪੇਰੈਂਟ ਕੰਪਨੀ ਜਿਹੜੀ ਟਿਕਟ ਨੂੰ ਚਲਾ ਰਹੀ ਆ ਬਾਈਟ ਡਾਂਸ, ਇਹਨੂੰ ਅਲਟੀਮੇਟਮ ਜਾਰੀ ਕਰਤਾ ਅਤੇ ਅੰਦਾਜ਼ਾ ਹੈ ਵੀ ਬਸ ਇਹ ਅਲਟੀਮੇਟਮ ਜਾਰੀ, ਮਤਲਬ ਇਸ ਸਾਲ ਦੇ ਅੰਦਰ ਅੰਦਰ ਪੜਾਕਾ ਪੈ ਜੂ ਟਿੱਕਟੋਕ ਦਾ। ਆਪਣੇ ਤਾਂ ਆਲਰੇਡੀ ਪੈ ਚੁੱਕਿਆ ਸੀ, ਆਪਣੇ ਤਾਂ ਟਿੱਕਟੋਕ ਚੱਲ ਹੀ ਨਹੀਂ ਰਹੀ, ਆਪਣੇ ਤਾਂ ਹੁਣ ਬਸ ਇੰਸਟਾਗ੍ਰਾਮ ਚੱਲਦੀ ਹੈ, ਸਨੈਪਚੈਟ ਚੱਲਦੀ ਹੈ। ਉਹ ਸਨੈਪਚੈਟ ਦਾ ਮੈਨੂੰ ਅੱਜ ਤੱਕ ਹਿਸਾਬ ਨਹੀਂ ਆਇਆ, ਉਹ ਜਾਂ ਤਾਂ ਬੈਠੇ ਕੋਈ ਛੱਤਾਂ ਦੀਆਂ ਫੋਟੋਆਂ ਭੇਜ ਦਿੰਦੀ ਆ, ਕਦੇ ਕੋਡ ਕਰ ਲੈਂਦੀ ਭੇਜ ਦਿੰਦੀ ਆ, ਕਿਤੇ ਕਿਵੇਂ ਭੇਜ ਦਿੰਦੀ, ਉਹ ਮਜਬੂਰੀਆਂ ਇੰਨੀਆਂ ਬਣੀਆਂ ਪਈਆਂ ਵੀ ਡੇਲੀ ਫੋਟੋ ਭੇਜਣੀ ਜ਼ਰੂਰੀ ਹੈ, ਨਹੀਂ ਫਿਰ ਸਟਰੀਕ ਟੁੱਟ ਜਾਣੀ ਹੈ। ਹੁਣ ਜਿਹੜਾ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ, ਡੱਕਾ ਉਹ ਤੋੜਦਾ ਨਹੀਂ, ਉਹ ਡੇਲੀ ਫੋਟੋ ਕਾਹਦੀ ਭੇਜੇ, ਉਹ ਕਿਤੇ ਬੈੱਡ ਦੇ, ਉਹ ਕਿਤੇ ਮੰਜੇ ਦੇ ਪਾਪੀ ਦੀ ਭੇਜ ਦਿੰਦਾ। ਇਹੋ ਜਿਹੀਆਂ ਫੋਟੋਆਂ ਭੇਜੀ ਜਾਂਦੇ ਦੇ ਲੋਕ ਆਪਣੇ ਕੀ ਕਰਨ ਵਿਚਾਰੇ, ਬਾਲੀਆਂ ਮਜਬੂਰੀਆਂ ਹੋਈਆਂ ਪਈਆਂ, ਨਹੀਂ ਸਟਰੀਕ ਟੁੱਟ ਜੂਗੀ, ਸਟਰੀਕ ਹੀ ਟੁੱਟਣੀ ਚਾਹੀਦੀ, ਹੋਰ ਕੁਛ ਮਰਜ਼ੀ ਟੁੱਟ ਜਾਵੇ ਸ਼ੱਕ ਦੀ, ਮੰਜੇ ਤੋੜਤੇ ਪਾ ਪੈ ਕੇ ਬੈੱਡ ਤੋੜੇ ਪਏ ਹੈ, ਸਟਰੀਕ ਨਹੀਂ ਟੁੱਟਣੀ ਚਾਹੀਦੀ। ਜਿਹੜਾ ਅਮਰੀਕਾ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਹੈ ਜ਼ੇਲੈਂਸਕੀ, ਤੁਸੀਂ ਕਮਾਲ ਦੇਖੋ, ਇਸ ਬੰਦੇ ਦਾ ਕਿਸੇ ਬੰਦੇ ਨੇ ਅੱਜ ਤੱਕ ਮੂਹਰਲਾ ਨਾਂ ਨਹੀਂ ਲਿਆ, ਹਮੇਸ਼ਾ ਜ਼ੇਲੈਂਸਕੀ ਜ਼ੇਲੈਂਸਕੀ ਕਹਿੰਦੇ ਰਹਿੰਦੇ ਹੈ, ਕਿਉਂਕਿ ਮੂਹਰਲਾ ਕਿਉਂ ਨਹੀਂ ਲਿਆ ਗਿਆ ਉਸਨੂੰ ਪਤਾ ਹੀ ਹੈ ਵੀ ਨਾ ਹੀ ਇਹੋ ਜਿਹਾ ਬੁਲ 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 ਡੈਮਰ ਇੰਜ ਕਰਨ ਲੱਗ ਜਾਂਦੇ ਹੁੰਦੇ ਆ, ਤਾਂ ਜ਼ੇਲੈਂਸਕੀ ਇਕੱਲਾ ਹਰੇਕੀ ਬਲੇਟ ਦਿੰਦਾ। ਸੋ ਇਹ ਕਹਿੰਦਾ ਵੀ ਸਾਨੂੰ ਇਹ ਸਪੋਰਟ ਦੀ ਬਹੁਤ ਜ਼ਿਆਦਾ ਕਹਿੰਦੇ ਲੋੜ ਸੀ, ਬਾਈਡਨ ਸਾਹਿਬ ਕਹਿੰਦੇ ਸਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਖਬਰ ਰੱਖਿਓ ਯਾਦ। ਇਹਦੇ ਨਾਲ ਆਪਾਂ ਯੂਕਰੇਨ ਦੀ ਅਗਲੀ ਖਬਰ 'ਤੇ ਪਹੁੰਚਦੇ ਹਾਂ। ਵੈਸੇ ਤਾਂ ਇੰਪੋਰਟੈਂਟ ਡੇਜ਼ ਦੇ ਵਿੱਚ ਵੀ ਮੈਂ ਦੱਸੂਗਾ, ਕਿਉਂਕਿ ਦੁਨੀਆ ਦਾ ਸਭ ਤੋਂ ਵਰਸਟ ਵੱਡਾ ਨਿਊਕਲੀਅਰ ਡਿਜ਼ਾਸਟਰ, 1 ਕਰੋੜ ਲੋਕ ਉਸ ਰੇਡੀਏਸ਼ਨ ਦੇ ਨਾਲ ਪ੍ਰਭਾਵਿਤ ਹੋ ਗਏ ਸੀ। ਰਸ਼ੀਆ ਤਾਂ ਨਾਲ ਹੀ ਪੈਂਦਾ, ਸਵੀਡਨ, ਸਪੇਨ, ਉੱਥੋਂ ਤੱਕ ਲੋਕ ਇਫੈਕਟ ਹੋ ਗਏ ਸੀ। ਇੰਨੀ ਵੱਡੀ ਲੀਕੇਜ ਹੋਈ ਸੀ 26 ਅਪ੍ਰੈਲ 1986 ਦੇ ਵਿੱਚ, ਤਾਂ ਉਹ ਦਿਨ ਬੱਚੋ ਅੱਜ ਹੀ ਬਣਾਇਆ ਜਾਂਦਾ। ਤਾਂ ਖਬਰ ਇਹ ਬਣਾਈ ਹੈ ਵੀ ਇਹ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਹੈਗਾ ਚੇਰਨੋਬਿਲ, ਇਹ ਕਿੱਥੇ ਹੈ ਬੱਚਿਓ, ਤਾਂ ਆਪਾਂ ਟਿੱਕ ਲਾਵਾਂਗੇ ਇਹ ਯੂਕਰੇਨ ਦੇ ਵਿੱਚ ਹੈ, ਅਤੇ ਬਹੁਤ ਬਹੁਤ ਜ਼ਿਆਦਾ ਤਬਾਹੀ ਮੱਚੀ ਸੀ। 1 ਕਰੋੜ ਲੋਕ 1 ਨਿਊਕਲੀਅਰ ਰਿਐਕਟਰ ਕਰਕੇ ਪ੍ਰਭਾਵਿਤ ਹੋਣੇ, ਮੈਂ ਕਹਿੰਦਾ ਇਦੋਂ ਵੱਡਾ ਕੋਈ ਡਿਜ਼ਾਸਟਰ ਹੋ ਹੀ ਨਹੀਂ ਸਕਦਾ ਸੀ। ਅਤੇ ਕੁੱਲ ਮਿਲਾ ਕੇ ਇਹ ਘਟਨਾ ਹੁੰਦੀ ਹੈ 26 ਅਪ੍ਰੈਲ 1986, ਇਸ ਜਦੋਂ ਨਿਊਕਲੀਅਰ ਪਾਵਰ ਪਲਾਂਟ ਤੋਂ ਐਕਸਪਲੋਜਨ ਧਮਾਕਾ ਹੋ ਗਿਆ ਬੱਚੋ, ਜਿਹਦੇ ਨਾਲ ਫਿਰ ਮੈਸਿਵ ਰੇਡੀਏਸ਼ਨ ਜਿਹੜੀ ਸਾਰੀ ਫੈਲ ਗਈ ਬੱਚੋ, ਬਹੁਤ ਜ਼ਿਆਦਾ ਬੁਰਾ ਹਾਲ ਹੋਇਆ।
8.4 ਮਿਲੀਅਨ ਲੋਕ ਇਹਦੇ ਨਾਲ ਪ੍ਰਭਾਵਿਤ ਹੋਏ ਆ, ਵਰਲਡ ਵਾਈਡ ਇੰਪੈਕਟ ਦੇਖਿਆ ਗਿਆ। ਤਾਂ ਕਰਕੇ ਆਪਾਂ ਅਪ੍ਰੈਲ ਮਹੀਨੇ ਦੇ ਵਿੱਚ ਇਸ ਫਿਰ ਨਿਊਕਲੀਅਰ ਪਾਵਰ ਪਲਾਂਟ ਦਾ ਜ਼ਿਕਰ ਕਰ ਰਹੇ ਹਾਂ। ਬਟ ਮੈਂ ਯੂਕਰੇਨ ਦਾ ਇੱਕ ਹੋਰ ਤੁਹਾਨੂੰ ਪਾਵਰ ਪਲਾਂਟ ਦੱਸਣਾ ਚਾਹੁੰਦਾ ਜਿਹਦੇ ਪਿੱਛੇ ਹੁਣ ਸਿੰਘ ਫਸੇ ਹੋਏ ਹੈ, ਰਸੀਆ ਕਬਜ਼ਾ ਕਰ ਰਿਹਾ, ਵਿੱਚ ਵੜ ਚੁੱਕਿਆ ਅਤੇ ਕੁੱਲ ਮਿਲਾ ਕੇ ਉਹ ਪਾਵਰ ਪਲਾਂਟ ਹੈ ਜ਼ੈਪੋਰੀਜ਼ਿਆ। ਆਪਦੇ ਹਿਸਾਬ ਨਾਲ ਪ੍ਰੋਨਾਊਂਸ ਕਰ ਲਿਓ, ਬਾਕੀ ਪੇਪਰ 'ਚ ਤਾਂ ਆਪਸ਼ਨ ਦਿੱਤੇ ਹੋਣਗੇ, ਆਪਸ਼ਨ ਦੇਖ ਕੇ ਆਪਾਂ ਝਾਂਟਣਾ ਹੁੰਦਾ ਹੈ। ਅਤੇ ਇਹ ਨਿਊਕਲੀਅਰ ਪਾਵਰ ਪਲਾਂਟ ਵਿੱਚੋਂ ਕਿੱਥੇ ਹੈ, ਇਹ ਵੀ ਯੂਕਰੇਨ ਦੇ ਵਿੱਚ ਹੈ, ਯਾਦ ਰੱਖ ਲਿਓ। ਇਹ ਕਿਸ ਰਿਵਰ ਦੇ ਸਥਿਤ ਤੇ ਜੁਨਾਈਪਰ, ਨਾਲੇ ਆਹ ਪਤਾ ਲੱਗ ਗਈ ਵੀ ਯੂਕਰੇਨ ਵਿੱਚ ਦੀ ਕੋਈ ਨਦੀ ਵੀ ਵਗਦੀ ਹੈ। ਜੁਨਾਈਪਰ 200 ਕਿਲੋਮੀਟਰ ਦੂਰ ਪੈਂਦਾ ਡੋਨਬਾਸ, ਤੁਹਾਨੂੰ ਪਤਾ ਡੋਨਬਾਸ ਰੀਜਨ ਇਹ ਮੋਸਟ ਕੋਨਫਲਿਕਟਡ ਰੀਜਨ ਹੈ ਰਸ਼ੀਆ ਅਤੇ ਯੂਕਰੇਨ ਦੇ ਵਿਚਕਾਰ। ਸੋ ਕੁੱਲ ਮਿਲਾ ਕੇ ਇਹ ਖਬਰਾਂ 'ਚ ਕਿਉਂ ਹੈ, ਕਿਉਂਕਿ ਮੇਨ ਵਾਲ ਹੈ, ਇਹ ਯੂਕਰੇਨ ਦਾ ਇੰਨਾ ਮੇਨ ਪਲਾਂਟ ਹੈ। ਇਸ ਦੋਨੇ ਪੁਆਇੰਟਾਂ ਤੋਂ ਤੁਸੀਂ ਪੜ੍ਹ ਸਕਦੇ ਹੋ, ਦੋਨੇ ਲਹਿਣਾ ਤੋਂ ਦੇਖੋ ਤੁਸੀਂ ਕੀ ਲਿਖਿਆ। ਇਕੱਲਾ 40% ਟੋਟਲ ਇਲੈਕਟ੍ਰੀਸਿਟੀ ਜਿਹੜੀ ਜਨਰੇਸ਼ਨ ਹੁੰਦੀ ਹੈ ਯੂਕਰੇਨ ਦੇ ਵਿੱਚ, ਉਹ ਇਸ ਪਾਵਰ ਪਲਾਂਟ ਤੋਂ ਹੁੰਦੀ ਹੈ। ਸੋ ਇਸ ਪਾਵਰ ਪਲਾਂਟ ਦੀ ਇੰਪੋਰਟੈਂਸ ਦੇਖੋ ਤੁਸੀਂ ਕਿੰਨੀ ਵੱਡੀ ਹੈ। ਪੰਜਵਾਂ ਹਿੱਸਾ ਕਹਿੰਦੇ ਜਿਹੜੇ ਐਨੂਅਲ ਪ੍ਰੋਡਕਸ਼ਨ ਵੀ ਹੋ ਰਹੀ ਹੈ, ਨਾਲੇ ਐਂ ਨਹੀਂ ਵੀ ਇਕੱਲਾ ਕਾਗਜ਼ਾਂ 'ਚ ਹੀ ਹੈ, ਚਲੋ ਠੀਕ ਹੈ, ਪੰਜਵਾਂ ਹਿੱਸਾ ਪਾਲ ਰਿਹਾ ਯੂਕਰੇਨ ਨੂੰ ਇਹ ਪਾਵਰ ਪਲਾਂਟ। ਸੋ ਜ਼ੈਪੋਰੀਜ਼ਿਆ ਅਤੇ ਚੇਰਨੋਬਿਲ ਨਿਊਕਲੀਅਰ ਪਲਾਂਟ ਦੋਨੇ ਵਿੱਚੋਂ ਕਿੱਥੋਂ ਦੀ ਹੈ, ਤਾਂ ਆਪਾਂ ਟਿਕ ਲਾਵਾਂਗੇ ਯੂਕਰੇਨ ਦੀ ਹੈ। ਰੋਸ ਆਈਸ ਸ਼ੈਲਫ ਆਪਾਂ ਦੇਖ ਲਿਆ, ਤਾਮਜ਼ਾ ਬਲਿਊ ਹੋਲ ਆਪਾਂ ਦੇਖ ਲਿਆ ਮੈਕਸੀਕੋ ਦਾ, ਸਿਸਲੀ ਵੀ ਆਪਾਂ ਦੇਖ ਲਿਆ, ਅਤੇ ਅਮਰੀਕਾ ਵਾਲੇ ਕਹਿੰਦੇ ਸਪੋਰਟ ਕੀਤੀ ਹੈ, 95 ਬਿਲੀਅਨ ਦਾ ਪੈਕੇਜ ਜਾਰੀ ਕੀਤਾ। ਲੋਵੇ ਯੂਜ਼ਨਕੂਲੋ ਨੈਸ਼ਨਲ ਪਾਰਕ ਬੜਾ ਹੀ ਖਬਰਾਂ ਦੇ ਵਿੱਚ ਆ ਬੱਚਿਓ, ਕਿਉਂਕਿ ਇੱਥੇ ਉਹ ਸਪੀਸੀਸ ਪਾਈ ਜਾਂਦੀ ਹੈ ਜਿਹੜੀ ਦੁਨੀਆ ਦੇ ਵਿੱਚ ਉਹਦੀ ਗਿਣਤੀ 100 ਤੋਂ ਵੀ ਘੱਟ ਹੈ। ਸੋਚੋ ਵੀ ਇਸ ਪਾਰਕ ਦੀ ਕਿੰਨੀ ਮਤਲਬ ਕਿੰਨੀ ਇੰਪੋਰਟੈਂਸ ਆ ਵਰਲਡ ਦੇ ਵਿੱਚ, ਅਤੇ ਉਹ ਵਰਾਇਟੀ ਬੱਚੋ ਹੈਗੀ ਹੈ ਆਪਣੇ ਨਹੀਂ ਪਤਾ ਲੱਗਿਆ ਤੁਹਾਨੂੰ, ਤੁਸੀਂ ਆਪਦੇ ਆਂਢ ਗਵਾਂਢ 'ਚ ਕਿਸੇ ਜੰਗਲ 'ਚ ਦੇਖਿਆ ਵੀ ਨਹੀਂ ਹੋਣਾ। ਰਾਈਨੋ ਵਾਸਤੇ ਮਸ਼ਹੂਰ ਆ ਬੱਚੋ, ਰਾਈਨੋਸੁਰਸ, ਇੱਥੇ ਰਾਈਨੋ ਪਾਇਆ ਜਾਂਦਾ ਹੈ, ਜ਼ਵਾਨ ਰਾਈਵੋ, ਹੁਣ ਤੁਹਾਨੂੰ ਪਤਾ ਜਾਵਾ ਆਈਲੈਂਡ ਦੇ ਨਾਮ 'ਤੇ ਹੈ, ਅਤੇ ਇੱਥੇ ਵਿੱਚ ਸਿਰਫ ਉਹਦੀ ਗਿਣਤੀ 76 ਹੈ। ਇਹ ਬੱਚੋ ਇੰਡੋਨੇਸ਼ੀਆ ਦਾ ਨੈਸ਼ਨਲ ਪਾਰਕ ਹੈ। ਆਹ ਖੜਾ ਹੋ ਇੱਕ ਸਿੰਘਾ ਗੈਂਡਾ, ਆਪਾਂ ਤਾਂ ਘੱਟ ਹੀ ਇਸ ਨੂੰ ਪਤਾ ਆਪਦੇ ਨਾਂ ਬਣਾਏ ਹੁੰਦੇ ਹੈ, ਆਪਾਂ ਨੂੰ ਇੱਕ ਸਿੰਘਾ ਗੈਂਡਾ ਕਹਿ ਦਿੰਦੇ ਹੈ, ਜਿਹੜਾ ਆਪਣੇ ਆਸਾਮ ਦੇ ਕਾਜੀਰੰਗਾ ਨੈਸ਼ਨਲ ਪਾਰਕ ਵਾਲਾ। ਫਰਕ ਕੀ ਹੈ, ਵੈਸੇ ਕੋਈ 100 ਸਾਲ ਇਹ ਆਪਣੇ ਨੌਰਥ ਈਸਟ ਇੰਡੀਆ ਵਿੱਚ ਹੀ ਪਾਇਆ ਜਾਂਦਾ ਸੀ, ਇਹ ਸਾਊਥ ਈਸਟ ਏਸ਼ੀਆ ਦੇ ਵਿੱਚ ਹੀ ਪਾਇਆ ਜਾਂਦਾ ਸੀ, ਬਟ ਅੱਜ ਇਹ ਵਿਚਾਰਾ ਜਿਹੜਾ ਇੰਨਾ ਤਾਂ ਇਹਦਾ ਭੁਸਰਿਆ ਖੜਾ, ਇਹ ਸਾਰੇ ਵਿਚਾਰੇ 100 ਤੋਂ ਵੀ ਘੱਟ ਗਏ, 76 ਕੀ ਰਹਿ ਗਏ ਬੱਚੋ। ਅਤੇ ਉਹ ਹੈਗਾ ਜੀ ਨਿਊ ਜਵਾਨ, ਇਹ ਜ਼ਬਾਨ ਦਾ ਨਹੀਂ ਵੀ ਜਵਾਨ ਹੈ, ਇਹ ਤਾਂ ਵਿਚਾਰਾ ਘਸਿਆ ਪਿਆ, ਇਹ ਤਾਂ ਮਰਨ ਵਾਲੇ ਹੈ, ਕਿਉਂਕਿ ਮੈਂ ਇਸਨੂੰ IUCN ਦੀਆਂ ਕੈਟਗਰੀਆਂ ਪੜ੍ਹਾਉਣਾ ਹੁੰਦਾ ਨਾ, ਇੰਟਰਨੈਸ਼ਨਲ ਯੂਨੀਅਨ ਫੋਰ ਦੀ ਕੰਜ਼ਰਵੇਸ਼ਨ ਆਫ ਨੇਚਰ, ਤਾਂ ਯਾਦ ਰੱਖਿਓ ਬੱਚਿਓ ਇਹ ਕ੍ਰਿਟੀਕਲੀ ਇੰਡੇਂਜਰਡ ਹੈ। ਆਹ ਸੀ ਲਿਖਿਆ ਕਲਾਸੀਫਾਈਡ ਐਸ ਕ੍ਰਿਟੀਕ ਓਏ ਹਾਂ ਐਸ ਕ੍ਰਿਟੀਕਲੀ ਇੰਡੇਂਜਰਡ ਬਾਏ IUCN। ਬਾਕੀ ਤਾਂ ਬਸ ਆਪਾਂ ਕੀ ਦੇਖਣਾ, ਹਾਂ ਜੀ ਥੋੜ੍ਹਾ ਬਹੁਤ ਇਹਦਾ ਫੀਚਰਸ ਵਗੈਰਾ ਪੜ੍ਹਨੇ ਉਹ ਦੇਖ ਲੈਂਦੇ ਹਾਂ। ਇਹ ਕਹਿੰਦੇ ਕਲੋਜ਼ ਰਿਸੈਂਬਲਸ ਟੂ ਗ੍ਰੇਟਰ, ਵੀ ਉਹਦੇ ਵਰਗੇ ਹੀ ਲੱਗਦਾ ਜਿਹੜਾ ਆਪਣੇ ਹੀ ਪਾਇਆ ਜਾਂਦਾ, ਅਤੇ ਥੋੜ੍ਹਾ ਜਿਹਾ ਮਤਲਬ ਸਿਰ ਕਹਿੰਦੇ ਛੋਟਾ ਇਹਦਾ, ਵੀ ਸਕਿਨ 'ਚ ਵੀ ਐਂ ਫੋਲਡ ਜੇ ਘੱਟ ਹੀ ਪੈਂਦਾ, ਬਾਹਲਾ ਪਲੇਨ ਜੇ ਆ, ਦੇਖੋ ਪਲੇਨ ਜੇ ਆ, ਵੈਸੇ ਰਾਈਨੋਸੋਰਸ ਇੰਨੇ ਘੱਟ ਜ਼ਿਆਦਾ ਫੋਲਡ ਜੇ ਪੈਂਦੇ ਹੁੰਦੇ, ਚੁਰੜੀਆਂ ਘੱਟ ਹੈ ਇਹਨਾਂ ਦੇ,
ਅਤੇ ਫੀਮੇਲਸ ਹੈ ਉਹਦੇ ਤਾਂ ਨਹੀਂ ਪਤਾ ਵੀ ਆਹ ਮੂਰਲਾ ਇੱਕ ਸਿੰਘ ਹੋਵੇ ਹੀ ਨਾ, ਵੈਸੇ ਕਮਾਲ ਆ ਹੈ ਨਾ, ਲੋੜ ਹੀ ਨਹੀਂ ਵੈਸੇ ਵਿਚਾਰੇ ਵੈਸੇ ਘੱਟ ਕੇ 76 ਹੀ ਰਹਿ ਗਏ ਹੁਣ ਤਾਂ। ਅਤੇ ਇਹ ਕਹਿੰਦੇ ਵੀ ਸਾਈਟ ਹੁਣ ਜਦੋਂ ਫਿਰ ਉੱਥੇ ਪਾਰਕ 'ਚ ਦੀਂਦਾ ਫਿਰ ਲੋਕ ਇਹਨੂੰ ਐਂ ਪੂਰਾ ਪਿਆਰ ਨਾਲ ਦੇਖਦੇ ਆ, ਵਿਚਾਰੇ ਬਾਹਲੇ ਥੋੜ੍ਹੇ ਰਹਿ ਗਏ। ਇਹ ਸਾਈਟ ਬਹੁਤ ਤਕੜੀ ਹੈ, ਇਹ ਜਾਵਾ ਆਈਲੈਂਡ 'ਚ ਪਾਰਕ ਹੈ, ਇਹ ਆਪਾਂ ਬੱਚੋ ਦੇਖ ਹੀ ਲਿਆ। ਇੱਦੋਂ ਪਹਿਲਾਂ ਆਪਣਾ ਮਾਰਕਰ ਟੁੱਟ ਜੇ, ਆਪਾਂ ਨੂੰ ਅਗਲੇ ਸਵਾਲ 'ਤੇ ਜਾਣਾ ਚਾਹੀਦਾ। ਲੋ ਓਕਾ ਵਾਂਗੋ ਡੈਲਟਾ, ਅੱਜ ਵੈਸੇ ਆਪਾਂ ਇੱਕ ਆਪਾਂ ਇਨਵਾਇਰਮੈਂਟ ਬੇਸਡ ਵਧੀਆ ਸਵਾਲ ਆ ਰਹੇ ਹੈ। ਜਿਹੜੇ ਡੈਲਟਾ ਬੱਚੋ, ਜਿਹੜਾ ਬੱਚਾ ਨੈਸ਼ਨਲ ਜੋਗ੍ਰਾਫੀ ਦਾ ਚੈਨਲ ਦੇਖਦਾ ਜਾਂ ਯੂਟਿਊਬ 'ਤੇ ਸਰਚ ਕਰੋਗੇ ਤਾਂ ਬਹੁਤ ਜ਼ਿਆਦਾ ਆਉਂਦਾ, ਬੜਾ ਜ਼ਿਆਦਾ ਮਸ਼ਹੂਰ ਹੈ। ਲੋਇਨ, ਚੀਤਾ, ਜੈਬਰਾ, ਬਫਾਈਲੋ, ਮੈਂ ਕਹਿੰਦਾ ਇੰਨਾ ਕੁਛ ਪਾਇਆ ਜਾਂਦਾ ਨਾ ਇਸ ਡੈਲਟਾ ਦੇ ਵਿੱਚ। ਪਰ ਆਪਾਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਬੱਚਿਓ, ਇਹ ਖਬਰਾਂ 'ਚ ਇਸ ਚੀਜ਼ ਕਰਕੇ ਨਹੀਂ, ਇਹ ਖਬਰਾਂ 'ਚ ਪਤਾ ਕਿਉਂ ਹੈ, ਸਕਾਤ ਆ ਇਹ ਵੀ ਆਪਾਂ ਕੁੱਲ ਮਿਲਾ ਕੇ ਧਰਤੀ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਆਪਾਂ ਕਹਿ ਦਈਏ ਵੀ ਆਹ ਹਾ ਵੀ ਕਿਆ ਖੁਸ਼ੀ ਵਾਲੀ ਗੱਲ ਆ, ਵੇ ਵੀ ਆ ਬਚਾ ਲਿਆ ਨੇਚਰ ਨੂੰ, ਇੱਥੇ ਨੇਚਰ ਨੂੰ ਇਨਵਾਇਰਮੈਂਟ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਸਭ ਪਾਸੇ ਕੰਮ ਨਸ਼ਟ ਹੋ ਰਿਹਾ ਬੱਚਿਓ, ਅਲਨੀਨੋ ਅਲਨੀਨੋ ਲਾਨੀਨਾ ਅਲਨੀਨੋ ਅਲਨੀਨੋ ਹੋਈ ਪਈ ਹੈ। ਆਪਾਂ ਨੂੰ ਆਪ ਨਹੀਂ ਪਤਾ ਆਪਾਂ ਕਿਹੜੇ ਹਿਸਾਬ ਨਾਲ ਸੁੱਕਣੇ ਪਾਏ ਪਏ, ਆਪਾਂ ਸੋਚ ਹੀ ਨਹੀਂ ਸਕਦੇ। ਸੋ ਓਕਾ ਵਾਂਗੋ ਡੈਲਟਾ ਬੱਚੋ, ਇਹ ਹੈਗਾ ਬੋਤਸਵਾਨਾ ਦੇ ਵਿੱਚ। ਬੋਤਸਵਾਨਾ ਮੁਲਕ ਦੀ ਮੈਨੂੰ ਇੱਕ ਬੜੀ ਵਧੀਆ ਚੀਜ਼ ਲੱਗਦੀ ਹੈ, ਕਿਉਂਕਿ ਡੈਲਟਾ ਲਈ ਬਹੁਤ ਮਸ਼ਹੂਰ ਹੈ, ਉਹ ਗੱਲ ਵੱਖਰੀ ਹੈ ਵੀ ਹੁਣ ਸੁੱਕਣ ਲੱਗ ਗਿਆ। ਵੈਸੇ ਤੁਸੀਂ ਸੁਣਿਆ ਹੋਊਗਾ ਅਫਰੀਕਾ 'ਚ ਇੱਕ ਡੈਜ਼ਰਟ ਹੈ ਕਾਲਾਹਾਰੀ ਡੈਜ਼ਰਟ, ਬਸ ਉਹਦੇ ਨਾਲ ਹੀ ਹੈ, ਤਾਂ ਕੁੱਲ ਮਿਲਾ ਕੇ ਹੁਣ ਹੌਲੀ ਹੌਲੀ ਇਕੱਠੇ ਬਣ ਜਾਣਗੇ, ਬਸ ਇਹ ਇਕੱਠੇ ਡੈਲਟਾ ਆਪਣਾ ਡੈਜ਼ਰਟ ਬਣ ਜਾਣਾ, ਹੋਰ ਕੀ ਜੇ ਨਹੀਂ ਸਾਂਭਿਆ। ਤਾਂ ਬੋਤਸਵਾਨਾ ਦੀ ਖਾਸ ਗੱਲ ਪਤਾ ਮੈਨੂੰ ਕੀ ਲੱਗਦੀ ਹੈ, ਕਿਉਂਕਿ ਅਫਰੀਕਾ ਦੇ ਜਦੋਂ ਵੀ ਮੁਲਕ ਆਪਾਂ ਕੋਈ ਖਬਰਾਂ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਨਾ, ਤਾਂ ਆਪਾਂ ਪੜ੍ਹਦੇ ਹੁੰਦੇ ਹਾਂ ਮਤਲਬ ਇੱਕ ਹਿਸਾਬ ਨਾਲ ਵੀ ਹਮਲਿਆਂ ਦੇ ਲਈ, ਗਰੀਬੀ ਦੇ ਲਈ, ਅਨਪੜ੍ਹਤਾ ਦੇ ਲਈ, ਵੀ ਭੁੱਖਮਰੀ ਦੇ ਲਈ, ਜਾਂ ਕਹਿ ਲਓ ਵੀ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਉੱਥੇ ਹਮਲਾ ਹੋ ਗਿਆ, 100 ਬੰਦਾ ਮਾਰਤਾ, ਇੱਥੇ ਅਟੈਕ ਹੋ ਗਿਆ, ਇੱਥੇ ਜਿਉਂ ਹੋ ਗਿਆ। ਬਹੁਤ ਘੱਟ ਸੁਣਨ ਨੂੰ ਮਿਲਦਾ ਵੀ ਅਫਰੀਕਾ ਦੇ ਬੋਤਸਵਾਨਾ ਮੁਲਕ ਦਾ ਨਾਂ ਪਤਾ ਕੀ ਹੈ, ਇਹਦਾ ਨਿੱਕਨੇਮ ਕੀ ਹੈ, ਦ ਪੀਸਫੁੱਲ ਨੇਸ਼ਨ। ਮੈਨੂੰ ਬਹੁਤ ਪਿਆਰੀ ਚੀਜ਼ ਲੱਗੀ ਇਹ ਜਦੋਂ ਮੈਂ ਅਖਬਾਰ 'ਤੇ ਪੜ੍ਹਿਆ ਵੀ ਓਕਾ ਵਾਂਗੋ ਡੈਲਟਾ ਕਿੱਥੇ ਹੈ, ਕਹਿੰਦੇ ਪੀਸਫੁੱਲ ਨੇਸ਼ਨ ਦੇ ਵਿੱਚ ਹੈ, ਵੀ ਉੱਥੇ ਨੇਚਰ ਹੀ ਇੰਨਾ ਸਟਰੋਂਗ ਸੀ ਤਾਂ ਪੀਸਫੁੱਲ ਸੀਗਾ, ਬਟ ਪੀਸ ਆਪਾਂ ਨੂੰ ਮਨਜ਼ੂਰ ਨਹੀਂ ਬੱਚੋ, ਆਪਾਂ ਹੁਣ ਡੈਲਟਾ ਵੀ ਚੱਕਤਾ ਹੈ। ਆਹ ਖਬਰ ਤੁਸੀਂ ਪੜ੍ਹ ਸਕਦੇ ਹੋ, ਵੈਸੇ ਤਾਂ ਆਪਾਂ ਦੇਖ ਹੀ ਨਹੀਂ ਖਬਰ ਦਾ ਕੀ ਪੜ੍ਹਨ। ਸਿਵੀਅਰ ਡਰਾਊਟ ਲਾਈਕ ਕੰਡੀਸ਼ਨ ਬੱਚੋ ਇਸ ਰੀਜਨ ਨੂੰ ਇੰਪੈਕਟ ਕਰ ਰਹੀ ਹੈ, ਜਾਨਵਰ ਬੱਚਾ ਇੰਨਾ ਕੰਮ ਡਰਾਈ ਹੋ ਗਿਆ ਵੀ ਜਿਹੜੇ ਨਾਲੇ ਨੂਲੇ ਪਾਣੀ ਪੂਣੀ ਵਗਦੇ ਆ, ਇੱਦਾਂ ਤਾਂ ਸੁੱਖ ਵੀ ਮਤਲਬ ਆਏ ਨਾ ਮੰਨਿਓ ਵੀ ਡਰਾਊਟ ਲਾਈਕ ਕੰਡੀਸ਼ਨ ਆ, ਕਹਿੰਦੇ ਦਿਮਾਗ ਤਸਵੀਰ ਬਣਾ ਲਓ ਵੀ ਉੱਥੇ ਜਮਾਂ ਡੈਜ਼ਰਟ ਬਣੀ ਹੀ ਪਿਆ। ਇਹ ਸ਼ੁਰੂਆਤ ਆ ਹਜੇ, ਸਭ ਕੁਛ ਹੈਗਾ, ਇਹੋ ਜਿਹੀ ਗੱਲ ਨਹੀਂ, ਉਹਨੂੰ ਪ੍ਰੋਟੈਕਟ ਕੀਤਾ ਜਾ ਸਕਦਾ। ਪਰ ਉੱਥੇ ਫੋਟੋ ਆਈ ਸੀ ਜਿਵੇਂ ਜਿਹੜਾ ਉੱਥੇ ਹਿੱਪੋ ਆ ਵਿਚਾਰਾ, ਉੱਥੇ ਵਿਚਾਰਾ ਸੁੱਕ ਗਿਆ ਸੀ ਚੈਨਲ, ਕੋਈ ਪਾਣੀ ਦਾ ਰਾਸਤਾ ਵਿੱਚ ਹੀ ਫਸ ਫੁਸ ਗਿਆ ਵਿਚਾਰਾ, ਫਸਿਆ ਪਿਆ ਸੀ ਉੱਥੇ, ਤਾਂ ਉਹ ਅਖਬਾਰ 'ਤੇ ਫੋਟੋ ਵੀ ਆਈ ਸੀ ਨਾਲ ਵੀ ਆਹ ਦੇਖੋ ਵੀ ਆਹ ਹਾਲਾਤ ਹੋ ਗਏ ਓਕਾ ਵਾਂਗੋ ਡੈਲਟਾ, ਜਿੱਥੇ ਦੁਨੀਆ ਭਰ ਦੇ ਲੋਕ ਨਹੀਂ ਜਿਹੜੇ ਮਤਲਬ ਵਾਈਲਡ ਲਾਈਫ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਵਿਜ਼ਿਟ ਬਹੁਤ ਕਰਦੇ। ਜਾਂ ਆਪਣੇ ਨੈਸ਼ਨਲ ਜੋਗ੍ਰਾਫੀ ਡਿਸਕਵਰੀ ਵਾਲੇ ਤਾਂ ਇੱਥੇ ਰਹਿੰਦੇ ਹੁੰਦੇ ਸੀ, ਹੁਣ ਮੈਨੂੰ ਲੱਗੇ ਵੀ ਫਸਣਗੇ ਵਿੱਚ। ਲਓ ਵੀ ਇਹ ਉਹ ਅੱਖਰ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਸਮੇਂ ਚਰਚਾ ਦਾ ਵਿਸ਼ਾ, ਮੁਲਕ ਕਹਿ ਸਕਦੇ ਹਾਂ ਆਪਾਂ, ਬਟ ਦੁਨੀਆ ਦੇ ਵਿੱਚ ਮੈਂ ਕਹਿੰਦਾ ਵੀ ਇਹੋ ਜਿਹੇ ਥਾਂ 'ਤੇ ਵੀ ਲੋਕ ਰਹਿੰਦੇ ਹੈ ਜਿਹਨੂੰ ਮੁਲਕ ਹੀ ਨਹੀਂ ਮੰਨਿਆ ਜਾਂਦਾ ਹਜੇ, ਉਹ ਬੱਚੋ ਪੈਲੇਸਟੀਨ ਹੈ। ਇਸ ਵਾਰ ਫਿਰ ਹਜੇ ਪੈਲੇਸਟੀਨ ਨੂੰ ਯੂਨਾਈਟਿਡ ਨੇਸ਼ਨ
ਦੁਨੀਆ ਦੇ ਸਾਰੇ ਮੁਲਕ ਮੈਂਬਰ ਹੈ, ਹਜੇ ਤੱਕ ਪੈਲੇਸਟੀਨ ਨੂੰ ਮੈਂਬਰ ਨਹੀਂ ਬਣਾਇਆ ਕਿਉਂਕਿ ਅਮਰੀਕਾ ਇਹਦੇ ਖਿਲਾਫ ਵੋਟ ਕਰ ਦਿੰਦਾ ਹੈ। ਕਿਉਂਕਿ ਯੂਨਾਈਟਿਡ ਨੇਸ਼ਨ 'ਚ ਬੱਚੋ ਤੁਹਾਨੂੰ ਪਤਾ ਹੈ ਵੀ 5 ਮੁਲਕਾਂ ਕੋਲ ਵੀਟੋ ਪਾਵਰ ਹੈ ਕਿ ਨਹੀਂ, ਜਿਵੇਂ US ਹੈ, ਚਾਈਨਾ, ਰਸ਼ੀਆ ਵਗੈਰਾ ਪੜ੍ਹਦੇ ਹੁੰਦੇ ਹਾਂ ਆਪਾਂ। ਸੋ UK, US, ਚਾਈਨਾ, ਰਸ਼ੀਆ ਇਹ ਸਾਰੇ ਆਪਾਂ ਦੇਖਦੇ ਹੁੰਦੇ ਹਾਂ, ਇਹਨਾਂ ਕੋਲ ਵੀਟੋ ਪਾਵਰ ਹੁੰਦੀ ਹੈ। ਵੀਟੋ ਪਾਵਰ ਦਾ ਮਤਲਬ ਵੀ ਮਤਲਬ ਕਿਸੇ ਖਿਲਾਫ ਵੋਟਿੰਗ ਕਰ ਦਿੰਦੇ ਆ ਵੀ ਆਹ ਚੀਜ਼ ਪ੍ਰਸਤਾਵ ਯੂਨਾਈਟਿਡ ਨੇਸ਼ਨ ਦਾ ਨਹੀਂ ਪਾਸ ਹੋਣ ਦੇਵਾਂਗੇ, ਤਾਂ ਖਬਰਾਂ 'ਚ ਆ ਰਿਹਾ ਹੈ। ਵੈਸੇ ਖਬਰਾਂ 'ਚ ਇਕੱਲਾ ਇਸ ਕਰਕੇ ਨਹੀਂ, ਖਬਰਾਂ ਤੁਹਾਨੂੰ ਪਤਾ ਹੀ ਹੈ, ਪਿਛਲੇ ਕਈ ਮਹੀਨਿਆਂ ਤੋਂ ਸੁਣਿਆ ਹੋਊਗਾ ਵੀ ਜਿਹੜਾ ਆਪਣਾ ਪੈਲੇਸਟੀਨ ਹੈ, ਇੱਥੇ ਇਜ਼ਰਾਈਲ ਲਗਾਤਾਰ ਧਮਾਕਾ ਬੰਬਾਰੀ ਕਰ ਰਿਹਾ ਹੈ। ਇੱਕ ਸ਼ਹਿਰ ਹੈ ਬੱਚਿਓ, ਉਸ ਸ਼ਹਿਰ ਦਾ ਨਾਮ ਹੈ ਰਫਾ। ਤੁਸੀਂ ਆਹ ਫੋਟੋ ਮੇਰੇ ਹਿਸਾਬ ਨਾਲ ਹਰ ਇੱਕ ਬੱਚੇ ਨੇ ਦੇਖੀ ਹੋਊਗੀ, ਉੱਥੇ ਲਿਖਿਆ ਹੋਇਆ ਹੈਗਾ ਉਸ ਫੋਟੋ 'ਤੇ ਆਲ ਆਈਜ਼ ਔਨ ਰਫਾ, ਆਲ ਆਈਜ਼ ਵੀ ਸਾਰਿਆਂ ਦੀਆਂ ਨਜ਼ਰਾਂ ਇਸ ਸ਼ਹਿਰ 'ਤੇ ਹੈ ਕਿਉਂਕਿ ਸ਼ਹਿਰ ਵਿਚਾਰਾ ਬਹੁਤ ਜ਼ਿਆਦਾ ਹਾਈਲੀ ਪਾਪੂਲੇਸ਼ਨ ਡੈਂਸਿਟੀ ਵਾਲਾ ਸ਼ਹਿਰ ਸੀ, ਬਹੁਤ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਸੀ। ਇਹ ਹੁਣ ਤੁਹਾਨੂੰ ਮਾੜਾ ਜਿਹਾ ਮੈਂ ਇਹਦੀ ਜੋਗ੍ਰਾਫਿਕਲ ਲੋਕੇਸ਼ਨ ਦੱਸਦਾ। ਜਿਹੜਾ ਬੱਚੋ ਇਜ਼ਰਾਈਲ ਹੈ, ਆਹ ਸਾਰਾ ਮੁਲਕ ਆਪਣਾ ਵਿਚਾਲੇ ਇਜ਼ਰਾਈਲ ਹੈ, ਆਹ ਸਾਰਾ ਮੁਲਕ ਆਪਣਾ ਕੀ ਹੈ, ਇਜ਼ਰਾਈਲ। ਸਮਝ ਗਏ ਮੇਰੀ ਗੱਲ? ਤਾਂ ਜਿਵੇਂ ਸੀਰੀਆ, ਲੈਬਨਨ, ਉਹ ਮੁਲਕ ਆ ਗਏ। ਆਹ ਇੱਧਰਲੇ ਪਾਸੇ ਹੈਗੀ ਹੈ ਜਿਹੜਾ ਤੁਸੀਂ ਸੁਣਦੇ ਹੋ ਅਖਬਾਰਾਂ 'ਤੇ, ਗਜ਼ਾ ਪੱਟੀ। ਬਸ ਇੰਨਾ ਕੁ ਕਿਲਾ, ਇੰਨਾ ਕੁ, ਅਸੀਂ ਤਾਂ ਨਾਮ ਹੀ ਇਹਦਾ ਪੱਟੀ ਹੈ, ਇਹ ਵਿਚਾਰੀ ਇੰਨੀ ਕੁ ਪੱਟੀ ਹੋਈ ਹੈ। ਇਹਦੇ ਵਿੱਚੋਂ ਇੱਥੇ ਇੱਕ ਸ਼ਹਿਰ ਹੈ ਰਫਾ, ਉਸ ਰਫਾ ਸ਼ਹਿਰ 'ਤੇ ਇਜ਼ਰਾਈਲ ਨੇ ਇੰਨੀ ਬੰਬਾਰੀ ਕੀਤੀ ਹੈ, ਇੰਨੀ ਬੰਬਾਰੀ ਕੀਤੀ ਹੈ, ਇਹ ਤੁਸੀਂ ਆਪਦੇ ਬਿਹਾਫ 'ਤੇ ਨਿਊਜ਼ ਚੈਨਲ 'ਤੇ ਦੇਖ ਸਕਦੇ ਹੋ। ਦੂਜਾ ਹਿੱਸਾ ਪੈਲੇਸਟੀਨ ਦਾ ਹੈ, ਜਿਹੜਾ ਵੱਡਾ ਹਿੱਸਾ ਉਹ ਇੱਧਰਲੇ ਪਾਸੇ ਹੈ, ਇਹ ਆਪਣਾ ਹੈਗਾ ਜੀ ਵੈਸਟ ਬੈਂਕ। ਸੋ ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਪੈਲੇਸਟੀਨ ਦੋ ਟੈਰੀਟਰੀਜ਼ ਨੂੰ ਮਿਲਾ ਕੇ ਬੋਲਦੇ ਹਾਂ ਆਪਾਂ, ਇੱਕ ਹੈਗੀ ਹੈ ਵੈਸਟ ਬੈਂਕ, ਇੱਕ ਹੈਗੀ ਹੈ ਗਜ਼ਾ ਪੱਟੀ, ਅਤੇ ਵਿਚਾਲੇ ਇਜ਼ਰਾਈਲ ਹੈ। ਹਾਂ, ਦੋਨੇ ਧਿਰਾਂ ਨੂੰ ਚਲਾਉਣ ਵਾਲੀਆਂ ਸੰਸਥਾ ਆਰਗਨਾਈਜੇਸ਼ਨਾਂ ਵੱਖਰੋ ਵੱਖਰੀ ਹੈ। ਵੈਸਟ ਬੈਂਕ ਨੂੰ ਕੋਈ ਹੋਰ ਚਲਾਉਂਦਾ, ਉਹ ਹਲੇ ਮੈਂ ਤੁਹਾਨੂੰ ਆਰਗਨਾਈਜੇਸ਼ਨ ਦਾ ਨਾਮ ਨਹੀਂ ਲੈਂਦਾ, ਉਹ ਆਪਾਂ ਜੋ ਟੈਰਰਿਜ਼ਮ ਜਾਂ ਉਹੋ ਜਿਹੀ ਕਲਾਸ ਦੀ ਗੱਲ ਉੱਥੇ ਗੱਲ ਕਰਾਂਗੇ ਆਪਾਂ, ਅਤੇ ਗਜ਼ਾ ਸਟ੍ਰਿਪ ਨੂੰ ਕੋਈ ਹੋਰ ਚਲਾਉਂਦਾ। ਸੋ ਇੱਥੇ ਆਪਾਂ ਤੁਹਾਨੂੰ ਪੜ੍ਹਾਉਣਾ ਹੁੰਦਾ ਜੋਗ੍ਰਾਫੀ 'ਚ, ਡੈੱਡ ਸੀ ਆਹ ਭਈਆ, ਡੈੱਡ ਸੀ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਡੈੱਡ ਸੀ 3 ਮੁਲਕਾਂ ਦੇ ਨਾਲ ਲੱਗਦੀ ਹੈ, ਜੋਰਡਨ, ਆਹ ਇਜ਼ਰਾਈਲ ਹੈ, ਆਹ ਪੈਲੇਸਟੀਨ ਹੈ। ਪੈਲੇਸਟੀਨ ਦੇ ਕਿਹਦੇ ਹਿੱਸੇ ਨਾਲ ਲੱਗਦੀ ਹੈ? ਵੈਸਟ ਬੈਂਕ ਦੇ ਨਾਲ ਲੱਗਦੀ ਹੈ, ਆਹ ਵੀ ਅੱਜ ਆਪਾਂ ਨੂੰ ਪਤਾ ਲੱਗ ਗਿਆ। ਹੁਣ ਮਾੜਾ ਆਪਾਂ ਸਵਾਲ 'ਤੇ ਵਾਪਸ ਆਉਣੇ ਆ। ਪੈਲੇਸਟੀਨ ਬੱਚੋ ਕਹਿੰਦੇ ਇਹੋ ਜਿਹਾ ਸ਼ਹਿਰ ਹੈ ਵੀ ਕਹਿੰਦੇ ਦੋਨੇ ਹੈਮੀਸਫੀਅਰ ਦੇ ਵਿੱਚ ਆਉਂਦਾ ਹੈ, ਬਹੁਤ ਹੀ ਗੁੱਡ ਪੁਆਇੰਟ ਪੇਪਰ ਦੇ ਹਿਸਾਬ ਨਾਲ, ਵੈਸੇ ਮੁਲਕ ਦੇ ਹਾਲਾਤ ਗੁੱਡ ਨਹੀਂ ਹੈਗੇ, ਪੇਪਰ ਦੇ ਹਿਸਾਬ ਨਾਲ ਇਹ ਬਹੁਤ ਹੀ ਵਧੀਆ ਆਪਾਂ ਆ ਸਮਝੋ। ਨਰਦਰਨ ਅਤੇ ਈਸਟਰਨ ਹੈਮੀਸਫੀਅਰ ਆਪਾਂ ਕੀ ਹੈ, ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਆਹ ਲੈਟੀਟਿਊਡ ਹੈ ਜੀ 0 degree ਇਕੁਏਟਰ, ਇਹ ਬਣਦਾ ਨੌਰਥ ਹੈਮੀਸਫੀਅਰ, ਸਾਊਥ ਹੈਮੀਸਫੀਅਰ, ਉਸੇ ਤਰੀਕੇ ਨਾਲ ਵਿੱਚ ਕਾਹ ਲੈਣ ਹੁੰਦੀ ਹੈ 0 degree ਲੌਂਗੀਟਿਊਡ, ਇਹ ਬਣਦਾ ਆਪਣਾ ਈਸਟ ਹੈਮੀਸਫੀਅਰ ਅਤੇ ਵੈਸਟ, ਉਸ ਤਰੀਕੇ ਨਾਲ ਕਹਿੰਦੇ ਦੋਨੇ ਹੈਮੀਸਫੀਅਰ ਦੇ ਵਿੱਚ ਪਾਇਆ ਜਾਂਦਾ ਹੈ ਨੌਰਥ ਐਂਡ ਈਸਟਰਨ, ਜਮਾਂ ਪੁਆਇੰਟ ਸਹੀ ਹੈ। ਪੈਲੇਸਟੀਨ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ? ਵੈਸੇ ਤਾਂ ਮੁਲਕ ਵਿਚਾਰਾ ਬਹੁਤ ਜ਼ਿਆਦਾ ਥੱਲੇ ਨੂੰ ਜਾ ਰਿਹਾ ਹੈ, ਬਟ ਆਪਾਂ ਪੈਲੇਸਟੀਨ ਦੀ ਉੱਚੀ ਚੋਟੀ ਦਾ ਨਾਮ ਬੱਚੋ ਯਾਦ ਰੱਖਣਾ ਹੈ, ਦ ਮਾਊਂਟ ਨਾਬੀ ਯੂਨਿਸ, ਇਹ ਹਾਈਐਸਟ ਪੁਆਇੰਟ ਹੈ ਬੱਚੋ ਪੈਲੇਸਟੀਨ ਦਾ। ਇਹ ਬਹੁਤ ਹੀ ਦੋਨੀਆਂ ਸਟੇਟਮੈਂਟਾਂ ਜ਼ਬਰਦਸਤ ਹੈ ਪੇਪਰ ਹਿਸਾਬ ਨਾਲ, ਇਹ ਸਿਰਫ ਸੋਨੂੰ ਆਉਂਦਾ ਹੋਊਗਾ, ਬਿਕੋਜ਼ ਸੋਨੂੰ ਮਤਲਬ ਬਹੁਤ ਹੀ ਘੱਟ ਬੱਚਿਆਂ ਨੂੰ ਪਤਾ ਲੱਗੂ ਪੇਪਰ ਦੇ ਵਿੱਚ, ਬਿਕੋਜ਼ ਇਹ ਕੁਸ਼ਚਨ ਵੀ ਦਸਵੇਂ ਤੱਕ ਤਾਂ ਘੱਟ ਹੀ ਪਹੁੰਚਦੀ ਹੁੰਦੀ ਹੈ ਬੱਚਾ ਪਾਰਟੀ। ਸੋ ਕੁੱਲ ਮਿਲਾ ਕੇ ਦੋਨੇ ਸਟੇਟਮੈਂਟਾਂ ਵਿੱਚੋਂ ਜਮਾਂ ਜ਼ਿਆਦਾ ਸਹੀ ਹੈ। ਹੁਣ ਦੇਖੋ, ਅੱਜ ਮਾੜਾ ਦੱਸ ਦਿੰਦਾ ਮੈਂ, ਯੂਨਾਈਟਿਡ ਨੇਸ਼ਨ ਨੇ ਵਿੱਚੋਂ ਵਿਟੋ ਪਾਵਰ ਦਾ ਇਸਤੇਮਾਲ ਕੀਤਾ ਹੈ ਯੂਨਾਈਟਿਡ ਨੇਸ਼ਨ ਦੇ ਇਸ ਮਤੇ ਦੇ ਖਿਲਾਫ, ਹਲੇ ਤੱਕ ਨੂੰ ਮੈਂਬਰਸ਼ਿਪ ਮਿਲੀ ਨਹੀਂ ਵਿਚਾਰਿਆਂ ਨੂੰ, ਮਾੜੀ ਗੱਲ ਹੈ। ਆਹ ਕੀ ਹੋਏ, ਮੈਂ ਲਿਖ ਕੇ ਲਿਆ, ਆਹ ਪਿਆ, ਆਹ ਆ ਗਈ ਲੋਕੇਸ਼ਨ, ਖੜ ਜਾਓ ਭਾਈ। ਚਲੋ,
ਪਹਿਲੀ ਗੱਲ ਤਾਂ ਲੋਕੇਸ਼ਨ ਪੈਲੇਸਟੀਨ ਆਪਾਂ ਨੂੰ ਪਤਾ ਹੀ ਹੈ ਇਹ ਵੈਸਟਰਨ ਏਸ਼ੀਆ ਦੇ ਵਿੱਚ ਆ ਬੱਚੋ, ਇਹ ਦੋ ਟੈਰੀਟਰੀਜ਼ ਨੂੰ ਮਿਲਾ ਕੇ ਬਣਿਆ ਹੋਇਆ, ਇੱਕ ਦਾ ਨਾਮ ਗਜ਼ਾ ਪੱਟੀ, ਇੱਕ ਦਾ ਨਾਮ ਵੈਸਟ ਬੈਂਕ ਹੈ। ਦੋਨਾਂ ਨੂੰ ਬੱਚੋ ਚਲਾਉਣ ਵਾਲਾ ਹੈਗਾ ਵੱਖਰੋ ਵੱਖਰਾ ਕੰਟਰੋਲ ਦੋਨਾਂ 'ਤੇ। ਆਪਾਂ ਦੇਖ ਹੀ ਲਿਆ ਕਿਹੜੇ ਕਿਹੜੇ ਹੈਮੀਸਫੀਅਰ 'ਚ ਹੈ, ਜਿਹੜੀ ਤਾਂ ਗਜ਼ਾ ਪੱਟੀ ਹੈ ਉਹ ਤਾਂ ਲੱਗਦੀ ਹੈ ਇੱਧਰਲੇ ਪਾਸੇ ਮੈਡੀਟਰੇਨੀਅਨ ਸੀ ਦੇ ਨਾਲ, ਅਤੇ ਇਜ਼ਰਾਈਲ ਤਾਂ ਸਾਨੂੰ ਸਾਰਿਆਂ ਨੇ ਲੱਗਦਾ, ਅਤੇ ਇਜਿਪਟ ਨਾਲ। ਜਿਹੜੀ ਆਪਣੀ ਵੈਸਟ ਬੈਂਕ ਹੈ ਉਹ ਡੈੱਡ ਸੀ ਨਾਲ ਲੱਗਦੀ ਹੈ, ਅਤੇ ਇਜ਼ਰਾਈਲ ਨਾਲ ਚਲੋ ਸਾਰੇ ਪਾਸੇ ਇਜ਼ਰਾਈਲ ਤਾਂ ਹੈਗੀ ਹੈਗਾ, ਉਹਦੇ ਉੱਪਰ ਨੀਚੇ ਆਸੇ ਪਾਸੇ, ਅਤੇ ਜੋਰਡਨ ਵੀ ਇੱਧਰਲੇ ਪਾਸੇ ਲੱਗਦਾ। ਇਹ ਰਿਵਰ ਵੀ ਵਗਦੀ ਹੈ ਇੱਕ ਇੱਥੋਂ ਦੀ, ਪੈਲੇਸਟੀਨ ਦੇ ਵਿੱਚ ਇੱਕ ਰਿਵਰ ਵੀ ਹੈ, ਵੈਸੇ ਤਾਂ ਜੋਰਡਨ ਮੁਲਕ ਦੇ ਨਾਮ 'ਤੇ ਹੈ, ਅਤੇ ਜੋਰਡਨ ਰਿਵਰ ਬੱਚੋ ਇਹ ਸਭ ਤੋਂ ਮਤਲਬ ਸਿਗਨੀਫਿਕੈਂਟ ਰਿਵਰ ਹੈ ਪੈਲੇਸਟੀਨ ਦੀ। ਆਹ ਪੁਆਇੰਟ ਮੇਨ ਹੈ, ਜਿਹੜਾ ਪੈਲੇਸਟੀਨ ਦਾ ਸਭ ਤੋਂ ਹਾਈਐਸਟ ਪੁਆਇੰਟ ਹੈ ਮਾਊਂਟ ਨਾਬੀ ਯੂਨਿਸ ਵਾਲਾ, ਇਹ ਕਿੱਥੇ ਹੈ? ਇਹ ਗਜ਼ਾ ਪੱਟੀ 'ਚ ਹੈ ਕਿ ਵੈਸਟ ਬੈਂਕ 'ਚ ਹੈ? ਇਹ ਗੱਲ ਯਾਦ ਰੱਖਿਓ ਬੱਚੋ, ਇਹ ਵੈਸਟ ਬੈਂਕ ਦੇ ਵਿੱਚ ਹੈ, ਜਿਹਦੀ ਉਚਾਈ ਕਿੰਨੀ ਹੈ? 3389 ਫੁੱਟ। ਅਤੇ ਇਸੇ ਉਚਾਈਆਂ 'ਤੇ ਬੱਚਾ ਆਪਾਂ ਤੁਹਾਨੂੰ ਹੁਣ ਇਸ ਹਫ਼ਤੇ ਲੈ ਕੇ ਜਾਵਾਂਗੇ, ਤੁਹਾਨੂੰ 4000 ਫੁੱਟ ਦੀ ਉਚਾਈ 'ਤੇ ਲੈ ਕੇ ਜਾਵਾਂਗੇ, ਬਿਕੋਜ਼ ਇਸ ਹਫ਼ਤੇ ਆਪਾਂ ਵਧੀਆ ਤਰੀਕੇ ਨਾਲ ਕਲਾਸਿਸ ਕਰੰਟ ਅਫੇਅਰ ਦੀਆਂ ਲੈ ਕੇ ਆ ਰਹੇ ਹਾਂ। ਤੁਹਾਡਾ ਕੰਮ ਸਿੰਪਲ ਹੈ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਆਪਣੇ ਸੀਰੀਜ਼ ਬਾਰੇ ਦੱਸਿਆ ਕਰੋ, ਆਪਣੇ ਕੰਟੈਂਟ ਬਾਰੇ, ਆਪਣੇ ਕਲਾਸਿਸ ਕੋਰਸਿਸ ਬਾਰੇ। ਜੇ ਤੁਹਾਨੂੰ ਚੰਗਾ ਲੱਗਦਾ ਧੱਕੇਸ਼ਾਹੀ ਵਾਲਾ ਕੰਮ ਕੋਈ ਨਹੀਂ ਹੈਗਾ, ਸਮਝ ਗਏ ਮੇਰੀ ਗੱਲ? ਚਲੋ ਫਿਰ ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਰੈਗੂਲਰ ਬੇਸ ਕੱਲ੍ਹ ਨੂੰ ਹੀ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।